ਅਨੰਦ ਸਾਹਿਬ ਜੀ ਮੈਂ ਵਿਪਿੰਦਰ ਸਿੰਘ ਸਵਾਤ ਕਰਦਾ ਆਪ ਸਭ ਜੀ ਤੁਹਾਡੇ ਆਪਣੇ ਪੀਪੀਕੇ ਚੈਨਲ ਉੱਤੇ ਸਭ ਤੋਂ ਪਹਿਲਾਂ ਮਾਫੀ ਮੰਗਦਾ ਵਾਂ ਕਿ ਕੱਲ ਸਾਡੀ ਇੱਕ ਵੀ ਵੀਡੀਓ ਨਹੀਂ ਆ ਪਾਈ ਕਿਉਂਕਿ ਕੱਲ ਜਿਹੜੀ ਮੈਂ ਵੀਡੀਓ ਰਿਕਾਰਡਿੰਗ ਕਰਕੇ ਹਟਿਆ ਸੀ ਆ ਉਹਦੇ ਵਿੱਚ ਆਵਾਜ਼ ਹੀ ਨਹੀਂ ਸਿਆਰੀ ਕਿਉਂਕਿ ਸਾਡਾ ਇਹ ਮਾਈਕ ਇਹ ਉਹ ਖਰਾਬ ਹੋ ਗਿਆ ਸੀ ਸੋ ਸਾਨੂੰ ਨਵਾਂ ਮਾਈਕ ਖਰੀਦਣਾ ਪਿਆ ਅੱਜ ਤੇ ਅੱਜ ਜੀ ਤੇ ਉਹਦੇ ਨਾਲ ਮੈਂ ਅੱਜ ਰਿਕਾਰਡਿੰਗ ਕਰਕੇ ਉਹਨੂੰ ਦੁਬਾਰਾ ਤੋਂ ਅਪਲੋਡ ਕਰਨ ਦੀ ਕੋਸ਼ਿਸ਼ ਕਰਦਾ ਪਿਆ ਵਾਂ ਸੋ ਮਾਫੀ ਮੰਗਨਾ ਵਾਂ ਕਿ ਕੱਲ ਮੈਂ ਵੀਡੀਓ ਨਹੀਂ ਸਿਆ ਪਾ ਪਾਇਆ ਤੇ ਚਲੋ ਸ਼ੁਰੂ ਕਰਦੇ ਆਪਨੀ ਫ੍ਰੀ ਸੀਰੀਜ਼ ਪਤੰਤ ਚੀਨ ਪੰਜਾਬ 176 ਨੰਬਰ ਪੇਜ ტ੍ਰਾਂਸਪੋਰਟੋ ਦੀ ਕਾਰੀਕੀ ਸਪੋਰਜੇਂਤੀ ਪਾਗ ਪਹਿਲਾ ਇਸ ਤੋਂ ਬਾਅਦ ਦੋ ਪਾਗ ਹੋਰ ਨੇ ਟੋਟਲ ਤਿੰਨ ਨੇ ਵੱਧੇ ਆ ਪਹਿਲੇ ਸਵਾਲ ਤੇ ਸੋਈ ਦੇ ਬਾਰੇ ਕੁਛ ਹੱਦ ਤੱਕ ਆਪਾਂ ਪਹਿਲਾਂ ਪੜ ਚੁੱਕੇ ਹਾਂ ਹੁਣ ਥੋੜਾ ਜਿਹਾ ਹੋਰ ਡੀਟੇਲ ਵਿੱਚ ਜਾਵਾਂਗੇ ტ੍ਰਾਂਸਪੋਰਟੋ ਦੀ ਕਾਰੀਕੀ ਬਦਲੇ ਵੀ ਸਮਾਨ ਟ੍ਰਾਂਸਪੋਰਟ ਕਰਨ ਲੱਗੇ ਜਿਹੜਾ ਫੈਲਦਾ ਪਿਆ ਸਮਾਨ ਬਾਹਰਲੇ ਪਾਸੇ ਜਿਹੜਾ ਜ਼ਿਆਦਾ ਆ ਰਿਹਾ ਉਹਦੇ ਬਾਰੇ ਕੀ ਕੁਝ ਕਰਨਾ ਆਪਾਂ ਉਹਦੇ ਬਾਰੇ ਵੇਖਾਂਗੇ ਸੇ ਸੀ ਟ੍ਰਾਂਸਪੋਰਟੋਨੋ ਕਾਰੀਕੀ ਸਪੋਰਜੇਂਤੀ occorre verificare che essi non sporgano posteriormente oltre i 3/10 ਦੇ ਲਾ ਲੁੰਕੇਤਸਾ ਦੇ ਵੇਹੀਕਲੋ ਜੇਕਰ ਤੁਸੀਂ ਫੈਲਿਆ ਹੋਇਆ ਸਮਾਨ ਟਰਾਂਸਪੋਰਟ ਕਰਦੇ ਪਿਓ ਇੱਕ ਐਸਾ ਸਮਾਨ ਜਿਹੜਾ ਤੁਹਾਡੀ ਗੱਡੀ ਦੀ ਸ਼ੇਪ ਤੋਂ ਬਾਹਰ ਆਣ ਰਿਹਾ ਕੋਰੇ ਵੈਰੀਫਿਕਾਰੇ ਤੁਹਾਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਕਿ ਐਸੀ ਨੋਨ ਸਪੋਰਗੋਨੋ ਵੀ ਜਿਹੜਾ ਸਮਾਨ ਹੈ ਉਹ ਨਾ ਫੈਲੇ ਬਾਹਰ ਜ਼ਿਆਦਾ ਨਾ ਆਵੇ ਪਿਛਲੇ ਪਾਸੇ ਪੋਸਟਰੀ ਹੋਰੇ ਜ਼ਿਆਦਾ ਤਿੰਨ ਬਾਰਾਂ ਦੀ ਜੀ ਮਤਲਬ ਕਿ ਗੱਡੀ ਦੀ ਲੰਬਾਈ ਤੋਂ ਤੀਸਰਾ ਹਿੱਸਾ ਬਾਹਰ ਨਾ ਆਵੇ ਦੇ ਲਾ ਲੁੰਕੇਤਸਾ ਦੇ ਵੇਹੀਕਲੋ ਇਹ ਪਹਿਲਾਂ ਵੀ ਮੈਂ ਕਹਾਂ ਚੁੱਕਿਆ ਹਾਂ ਪਰ ਫਿਰ ਵੀ ਡਿਟੇਲ ਤੇ ਤੁਹਾਨੂੰ ਇੱਕ ਥੋੜਾ ਸਮਝਾ ਦੇਣਾ ਕਿ ਜੇਕਰ ਤੁਹਾਡੀ ਗੱਡੀ ਦੀ ਲੰਬਾਈ 10 ਮੀਟਰ ਮੰਨ ਕੇ ਚੱਲਦੇ ਹਾਂ ਤੇ ਤੁਹਾਡੀ ਗੱਡੀ 3 ਮੀਟਰ ਤੋਂ ਜ਼ਿਆਦਾ ਬਾਹਰ ਨਹੀਂ ਆ ਸਕਦੀ ਠੀਕ ਹੈ ਜੀ ਸੋ ਇਹ ਧਿਆਨ ਰੱਖਿਓ ਸੋ ਆ ਵੀਰੋ ਅਗਲੇ ਸਵਾਲ ਤੇ Il carico non può dimormas porgerere anteriormente rispetto alla sagoma del veicolo ਸੋ ਜੀ ਮਤਲਬ ਕਿ ਗੱਡੀ ਦੀ ਸ਼ੇਪ ਦੇ ਹਿਸਾਬ ਨਾਲ ਸਾਗੋਮਾ ਦਲ ਵੇਇਕੋ ਜੋ ਲਾ ਸਮਾਨ ਹੈ ਉਹ ਨਹੀਂ ਫੈਲ ਸਕਦਾ ਲੋਡ ਆਪਣਾ ਉਹ ਨਹੀਂ ਫੈਲ ਸਕਦਾ ਕਾਨੂੰਨ ਦੇ ਹਿਸਾਬ ਨਾਲ ਅਗਲੇ ਵਾਲੇ ਹਿੱਸੇ ਵਿੱਚ ਠੀਕ ਹੈ ਗੱਡੀ ਦੇ ਅਗਲੇ ਵਾਲੇ ਹਿੱਸੇ ਤੇ ਕਾਨੂੰਨ ਦੇ ਹਿਸਾਬ ਨਾਲ ਸਮਾਨ ਨਹੀਂ ਫੈਲ ਸਕਦਾ ਸੋ ਇਹ ਵੇਰੋ sporgere lateralmente oltre 30 centimetri rispetto alle luci di posizione del veicolo ਕਹਿੰਦਾ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਲੋਡ ਹੈ ਉਹ ਸਾਈਡਾਂ ਵਿੱਚ 30 ਸੈਂਟੀਮੀਟਰ ਤੋਂ ਜ਼ਿਆਦਾ ਨਹੀਂ ਫੈਲ ਸਕਦਾ ਜਿਹੜੀ ਲਾਈਟਾਂ ਹੁੰਦੀਆਂ ਨੇ ਲੋਚੀ ਦੀ ਪੋਜੀਸ਼ਨ ਨੇ ਹੁੰਦੀਆਂ ਨੇ ਗੱਡੀਆਂ ਦੀਆਂ ਉਹਨਾਂ ਤੋਂ ਲੈ ਕੇ 30 ਸੈਂਟੀਮੀਟਰ ਬਾਹਰਲੇ ਵਾਲੇ ਹਿੱਸੇ ਵਿੱਚ ਜਿਹੜਾ ਸਮਾਨ ਹੈ ਉਹ ਨਹੀਂ ਫੈਲ ਸਕਦਾ ਠੀਕ ਹੈ ਜੀ ਸੋ ਫਿਰ ਉਹ ਹੈ ਵੀ ਅਗਲਾ ਸਵਾਲ ਨਾਲ ਕਾਜ਼ੋ ਡੈਲ ਰਿਮੋਰਕਿਓ ਓ ਡੈਲ ਸੇਮੀ ਰਿਮੋਰਕਿਓ ਇਲ ਕਾਰੀਕੋ ਪੋ ਸਪੋਰਜੇਰੇ ਦਾਲਾ ਪਾਰਤੇ ਪੋਸਟਰੀਓਰੇ ਦੀ ਨੋਂ ਪਿਊ ਦੀ 1 ਮੀਟਰ ਸਮਾਨ ਜਿਹੜਾ ਫੈਲਿਆ ਹੋਇਆ ਏ ਪਿਛਲੇ ਵਾਲੇ ਹਿੱਸੇ ਵਿੱਚ ਉਹ 1 ਮੀਟਰ ਤੋਂ ਜ਼ਿਆਦਾ ਨਹੀਂ ਫੈਲ ਸਕਦਾ ਫਾਲਸੋ ਹੋ ਜਾਂਦਾ ਕਿਉਂਕਿ ਆਪਾਂ ਇੱਥੇ ਗੱਡੀ ਦੀ ਲੰਬਾਈ ਦੇਖਣੀ ਹੁੰਦੀ ਹੈ ਤਰੇਪਾਰਾ ਦੀ ਐਚ ਦੀ ਗੱਲ ਹੁੰਦੀ ਹੈ ਠੀਕ ਹੈ ਜੀ ਤੇ ਇੱਥੇ ਕਹਿੰਦਾ ਪਿਆ ਵੀ 1 ਮੀਟਰ ਤੋਂ ਜ਼ਿਆਦਾ ਨਹੀਂ ਫੈਲ ਸਕਦਾ ਸੋ ਫਾਲਸੋ ਹੋ ਜਾਂਦਾ ਅਗਲੇ ਵਾਲਾ ਸਵਾਲ ਸੇਮ ਆ ਸਾਰੇ ਪਹਿਲੇ ਸਵਾਲ ਵਰਗਾ ਹੀ ਇਥੇ ਲਿਖਦਾ ਪਿਆ ਸੇ ਸੀ ਟ੍ਰਾਂਸਪੋਰਟ ਨੌਕਰੀ ਕਿ ਸਪੋਰ ਜੈਨਤੀ ਓਕੋਰੇ ਵੈਰੀਫਿਕੇਰੇ ਕੇ ਐਸੀ ਨੌਨ ਅੰਤਰੀਅਰਮੈਂਟੇ ਓਲਟਰੇ 3/10 ਡੈਲਾ ਲੁੰਗੇਜ਼ਾ ਡੈਲ ਵੈਕੀਕਲੂ। ਉਹਨੇ ਸਾਰਾ ਸੇ ਸੀ ਬਸ ਇਥੇ ਨੇ ਇਹ ਲਿਖਤਾ ਕਿ ਅੰਤਰੀਅਰਮੈਂਟੇ ਜਦ ਕਿ ਇਥੇ ਕੀ ਆ ਪੋਸਟਰੀਅਰਮੈਂਟੇ ਮਤਲਬ ਕਿ ਅਗਲੇ ਵਾਲੇ ਹਿੱਸੇ ਵਿੱਚ ਦੀ ਗੱਲ ਨਹੀਂ ਕਰਦਾ ਵੇ ਪਿਛਲੇ ਵਾਲੇ ਹਿੱਸੇ ਦੀ ਗੱਲ ਕਰਦਾ ਵਾ ਠੀਕ ਹੈ ਸੋ ਹੈਵ ਆਲਸੋ। ਅਗਲਾ ਫਿਰ ਸੇਮ ਆ ਬਸ ਉਥੇ ਨੇ ਕੀ ਗਲਬੜ ਕਰਤੀ ਆ ਲਾਟਰਲ ਮੈਂਟੇ ਲਿਖਦਾ ਸੇਮ ਸ posteriormente del laterale kinna hunda 30 cm theek hai na ki 3 barra di achi laterally hunda sada vich a vi ton dasda so 176 complete 177 number page pag dusra te pannello tonu yaad hi honi hai ji jehdi saman de pichhe laaya hunda apan so is sawal ch kenda paya hun icari ki cumunque sporgenti posteriormente vanno senelati con li appositi pannelli di tipo omologato kenda jehda saman fir vi faila hoya hai barle pichhle wale hisse vich ਉਹਨਾਂ ਨੂੰ ਸਾਈਨ ਦੇਣਾ ਪੈਂਦਾ ਉਹਨਾਂ ਨੂੰ ਮਤਲਬ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ ਹੈ ਜਿਹੜਾ ਸਮਾਨ ਹੈ ਇੱਕ ਖਾਸ ਤਰ੍ਹਾਂ ਦੇ ਪੈਨਲੋ ਨਾਲ ਜਿਹੜੀ ਅਮੋਰਗਾਤੋ ਹੋਵੇ ਮਤਲਬ ਕੁਛ ਇਸ ਤਰੀਕੇ ਦੀ ਹੋਏਗੀ ਜਿਹਨੂੰ ਅਮੋਰਗਾਤੋ ਕੀਤਾ ਹੋਵੇ ਠੀਕ ਹੈ ਜੀ ਸੋ ਇਹ ਵਾਲੀ ਪੈਨਲੋ ਤੇ ਆਪਾਂ ਨੂੰ ਵਰਤੋਂ ਕਰਨੀ ਪੈਣੀ ਹੈ ਉਹ ਸਮਾਨ ਤੇ ਰੱਖਣੀ ਪੈਣੀ ਹੈ ਉਹ ਸਮਾਨ ਦੇ ਐਂਡ ਤੇ ਰੱਖਣੀ ਪੈਣੀ ਹੈ ਜਿਹੜਾ ਸਮਾਨ ਬਾਹਰ ਨੂੰ ਫੈਲਿਆ ਹੋਇਆ ਸੋ ਐਵੀਵੈਰੋ ਸੇਲਕਾਰਿਕੋ ਸਪੋਰਜੇ ਪੋਸਟਰੀਓਰਮੈਂਤੇ ਪਰ ਟੁੱਟਾ ਲਾਰਗੇਜ਼za ਦਲ ਵੈਕੋਲੋ ਓਕੋਰੇ ਸੇਨੇਲਾਰਲੋ ਕੋਨ ਦੂਏ ਪੈਨੈਲੀ ਅਮੋਰਗਾਤੀ ਦੀ ਫਿਗੂਰਾ ਪੋਸਟੀ ਅੱ ਸਕੇ ਅੰਦਰ ਜੇਕਰ ਸਮਾਨ ਪਿਛਲੇ ਵਾਲੇ ਹਿੱਸੇ ਵਿੱਚ ਫੈਲਿਆ ਹੋਇਆ ਪੂਰੀ ਚੁੜਾਈ ਵਿੱਚ ਮਤਲਬ ਕਿ ਤੁਹਾਡੇ ਡਾਲੇ ਵਿੱਚ ਸਮਾਨ ਪੂਰੇ ਤਰੀਕੇ ਨਾਲ ਬਾਹਰ ਆ ਰਿਹਾ ਹੈ ਮਤਲਬ ਕਿ ਤੁਹਾਡੇ ਡਾਲੇ ਵਿੱਚ ਇੱਕ ਐਸਾ ਸਮਾਨ ਪਿਆ ਜਿਹੜਾ ਤੁਹਾਡੇ ਡਾਲੇ ਵਿੱਚ ਪੂਰਾ ਨਹੀਂ ਆਇਆ ਪਰ ਉਹ ਫਿਰ ਵੀ ਥੋੜਾ ਜਿਹਾ ਬਾਹਰ ਨੂੰ ਆਇਆ ਹੋਇਆ ਤੇ ਪੂਰੇ ਡਾਲੇ ਦੇ ਵਿੱਚ ਫੈਲਿਆ ਹੋਇਆ ਪੂਰੇ ਐਨਕਿ ਵੀ ਇੱਕ ਐਜ ਤੇ ਜਾਂ ਇੱਕ ਕਿਨਾਰੇ ਤੇ ਜਾਂ ਨਹੀਂ ਉਹ ਸਾਰੇ ਤੇ ਫੈਲਿਆ ਹੋਇਆ ਤੇ ਫਿਰ ਕਹਿੰਦਾ ਤੁਹਾਨੂੰ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਦੋ ਪੈਨੈਲੋ ਨਾਲ ਜੇਕਰ ਇੱਕ ਕਿਨਾਰੇ ਵਾ ਇੱਕ ਕਿਨਾਰੇ ਤੇ ਹੀ ਫੈਲਿਆ ਹੋਇਆ ਸਮਾਨ ਫਿਰ ਇੱਕ ਪੈਨੈਲੋ ਲੱਗੇਗੀ ਜੇ ਦੋਨੋਂ ਕਿਨਾਰਿਆਂ ਤੇ ਸਮਾਨ ਦੋਨੋਂ ਕਿਨਾਰੇ ਪੂਰੇ ਲਰਗੇਟਸਾ ਵਿੱਚ ਫੈਲੇ ਹੋਏ ਜਾਂ ਦੋ ਕਿਨਾਰੇ ਤੇ ਫੈਲੇ ਹੋਇਆ ਫਿਰ ਦੋ ਬਨੇਲੋ ਲੱਗਣਗੀਆਂ ਜਿਹੜੀ ਆਮੋਲੋਗਾਤ ਹੋਣਗੀਆਂ ਜਿਵੇਂ ਕਿ ਫੋਟੋ ਦਿਖਾਇਆ ਗਿਆ ਪੋਸਟੀ ਵਾਲੇ ਦੋ ਇਸਤਰੀਮਤਾ ਇਸਤਰੀਮਤਾ ਹੁੰਦਾ ਕਿਨਾਰੇ ਸਮਾਨ ਜਿਹੜਾ ਤੁਹਾਡਾ ਫੈਲਾ ਹੋਇਆ ਉਹਦੇ ਕਿਨਾਰੇ ਤੇ ਲਗਾਣਾ ਐ ਨਹੀਂ ਕਿ ਡਾਲੇ ਦੇ ਕਿਨਾਰੇ ਤੇ ਲਗਾਣਾ ਨਹੀਂ ਤੁਹਾਡੇ ਸਮਾਨ ਦੇ ਕਿਨਾਰੇ ਤੇ ਲੱਗੇਗਾ ਸੱਜੇ ਤੇ ਖੱਬੇ ਜਿਹੜਾ ਸਮਾਨ ਫੈਲਾ ਹੋਇਆ ਠੀਕ ਹੈ ਜੀ ਸੋ ਹੈਵੀ ਵੇਰੋ Se si trasportano carichi sporgenti lateralmente, gli stessi devono essere segnalati sul lato sinistro da due pannelli di figura posti all'estremità anteriore e posteriore del carico. ਹੁਣ ਇੱਥੇ ਲਾਟਰਲ ਮੈਂਟ ਦੀ ਗੱਲ ਕਰਦਾ ਪਿਆ, ਸਾਈਡਾਂ ਦੀ ਗੱਲ ਕਰਦਾ ਪਿਆ। ਠੀਕ ਹੈ, ਧਿਆਨ ਨਾਲ ਵੇਖਿਓ ਸਭਨੋਂ। ਕਹਿੰਦਾ ਜੇਕਰ ਸਮਾਨ ਸਾਈਡਾਂ ਨੂੰ ਫੈਲਦਾ ਪਿਆ, ਲਾਟਰਲਮੈਂਟੇ ਫੈਲਿਆ ਹੋਇਆ, ਲਿਸਤੇਸੀ ਦੇਵਨੋ ਐਸ ਰਸੇਨੇਲਾਤੀ ਉਹਨਾਂ ਨੂੰ ਵੀ ਨਿਸ਼ਾਨਦੀ ਕਰਨੀ ਪੈਣੀ ਐ ਸੁੱਲਾ ਤੂਸੀਨਿਸਟਰੋ ਖੱਬੇ ਸਾਈਡ ਤੇ ਦਾਦੂਏ ਪੈਨਲੀ ਦੀ ਫਿਗੂਰਾ ਐਸ ਨਿਸ਼ਾਨਾ ਨਾਲ ਜੇਕਰ ਕਹਿੰਦਾ ਸਮਾਨ ਸਾਈਡਾਂ ਵੱਲੋਂ ਫੈਲਾਇਆ ਹੋਇਆ ਤੇ ਕਹਿੰਦਾ ਤੁਹਾਨੂੰ ਖੱਬੇ ਪਾਸੇ ਵੱਲ ਨੂੰ ਦੋ ਪੈਨੇਲੋ ਲਗਾਣੀ ਪੈਣੀਆਂ ਨੇ ਜਿਹੜੀ ਕਿ ਕਿਨਾਰਿਆਂ ਤੇ ਲੱਗੇ ਹੋਣ ਗਿਆ ਅਗਲੇ ਵਾਲੇ ਹਿੱਸੇ ਤੇ ਤੇ ਪਿਛਲੇ ਵਾਲੇ ਹਿੱਸੇ ਤੇ ਸਮਾਨ ਦੇ ਠੀਕ ਹੈ ਸੋ ਫਾਲਸ ਹੋ ਜਾਂਦਾ ਸਾਈਡਾਂ ਵਿੱਚ ਇਦਾਂ ਦੀ ਪੈਨੇਲੋ ਨਹੀਂ ਲੱਗਦੀ ਉਹ ਦੂਸਰੀ ਹੁੰਦੀ ਆ ਛੋਟੀ ਹੁੰਦੀ ਆ ਉਹ ਠੀਕ ਹੈ ਜੀ ਸੋ 177 ਕੰਪਲੀਟ ਹੋ ਚੁੱਕਿਆ 178 ਸ਼ੁਰੂ ਕਰਦੇ ਆ ਇੱਕੋ ਹੀ ਸਵਾਲ ਇਹਦਾ ਸੇਸੀ ਟ੍ਰਾਂਸਪੋਰਟਨੋ ਕਾਰੀਕਿਸ ਪੁਰਜੈਂਤੀ ਯੋ ਕੋਰੇ ਸੇਨਿਆਲਾਰਲੋ ਕੋਲ ਅਪੋਜੀਟਿਵ ਪੈਨੇਲੀ ਦੀ ਫਿਗੂਰਾ ਕਹਿੰਦਾ ਜੇਕਰ ਟਰਾਂਸਪੋਰਟ ਕਰਦੇ ਪਿਓ ਉਸਮਾਨ ਜਿਹੜਾ ਫੈਲਿਆ ਹੋਇਆ ਉਹ ਕੋਰੇ ਸੇਨ ਲਾਰ ਨੂੰ ਨਿਸ਼ਾਨਦੇਹੀ ਕਰਨੀ ਚਾਹੀਦੀ ਸਪੈਸ਼ਲ ਨਿਸ਼ਾਨਾਂ ਨਾਲ ਜਿਵੇਂ ਕਿ ਫੋਟੋ ਦਿਖਾਈ ਗਏ ਨੇ ਇਹ ਨਿਸ਼ਾਨਾਨਾ ਕਹਿੰਦਾ ਤੁਹਾਨੂੰ ਨਿਸ਼ਾਨਦੇਹੀ ਕਰਨੀ ਪਣੀ ਆ ਸੋ ਫਾਲਸੋ ਹੋ ਜਾਂਦਾ ਐਵਾਂ ਨਿਸ਼ਾਨ ਉਹ ਨਹੀਂ ਹੈਗਾ ਜਿਹੜੇ ਨਿਸ਼ਾਨ ਦੀ ਗੱਲ ਕਰਦਾ ਪਿਆ ਫੈਲੇ ਹੋਏ ਸਮਾਨ ਤੇ ਐਵਾਂ ਵਾਲਾ ਨਿਸ਼ਾਨ ਲੱਗਦਾ ਨਾ ਕਿ ਐਵਾਂ ਵਾਲਾ ਤੇ ਜੇਕਰ ਐਵਾਂ ਵਾਲਾ ਨਿਸ਼ਾਨ ਨਹੀਂ ਲੱਗਦਾ ਫਿਰ ਐ ਨਿਸ਼ਾਨ ਕਿੱਥੇ ਲੱਗਦਾ ਮੈਨੂੰ ਕਮੈਂਟਾਂ ਵਿੱਚ ਲਿਖ ਕੇ ਦੱਸੋ ਵੀ ਕਿੰਨਾ ਦੇ ਪਿੱਛੇ ਇਹ ਨਿਸ਼ਾਨ ਲੱਗਦਾ ਆਪਾਂ ਪੜ ਕੇ ਹਟੇ ਆ ਪਤਿੰਤੇ ਬੀਜ ਵੀ ਪੜਿਆ ਸੀ ਤੇ ਪਤਿੰਤੇ ਸੀਚ ਵੀ ਨੂੰ ਪੜਿਆ ਹੁਣ ਉਹਨੇ ਪੜ ਕੇ ਟੇਸੀ ਕੁਸ਼ਟੇ ਪਹਿਲੇ ਠੀਕ ਹੈ ਜੀ ਸੋ 178 ਵੀ ਕੰਪਲੀਟ ਵੱਧਿਆ ਅੱਗੇ ਕੰਪੋਰਟਮੈਂਟੀ ਦਾ ਤੇਨੇ ਰੇ ਨੇਲੇ ਆਪਰੇਟਸੀਓ ਨੀ ਦੀ ਕਾਰਿਕੋ ਇਸ ਕਾਰਿਕੋ ਮੇਰਚੀ ਧਿਆਨ ਰੱਖਣ ਵਾਲੀ ਗੱਲਾਂ ਜਦੋਂ ਸਮਾਨ ਨੂੰ ਲੱਦਦੇ ਪਏ ਆ ਜਾਂ ਉਤਾਰਦੇ ਪਏ ਆ ਜਾਂ ਲੱਦਦੇ ਪਏ ਆ ਠੀਕ ਹੈ ਜੀ ਸੋ ਵੱਧਿਆ ਪਹਿਲੇ ਸਵਾਲ ਤੇ ਸੇ ਪਰ ਇਲ ਕਾਰਿਕੋ ਉਸ ਕਾਰਿਕੋ ਸੀ ਉਤਿਲਿਜ਼ਾ ਲਾ ਗਰੂ ਮੋਂਟਾਟਾ ਸੁਲ ਵੇਹੀਕਲੋ ਪ੍ਰੀਮਾ ਦੀ ਇਨੀਜ਼ਿਆਰੇ ਲੇ ਆਪਰੇਟਸੀਓ ਨੀ ਓਕੋਰੇ ਅਸੀਕੁਰਾਰਸੀ ਦੀ ਅਵੇਰ ਬਲੋਕਾਟੋ ਇਲ ਪੈਕੋਲੋ ਕੋਨ ਪੀਏਦੀ ਟੈਲੈਸਕੋਪੀਚੀ ਕਹਿੰਦਾ ਜੇਕਰ ਸਮਾਨ ਲੱਦਣ ਲਈ ਜਾਂ ਉਤਾਰਨ ਲਈ ਵਰਤੀ ਜਾਂਦੀ ਆ ਗਰੂ ਗਰੂ ਦਾ ਆਪਾਂ ਸਾਨੂੰ ਪਤਾ ਹੈ ਇਹ ਸਮਾਨ ਤਾਰਨ ਵਾਲੀ ਜਿਹੜੀ ਕੀ ਕਹਿੰਦਾ ਗੱਡੀ ਉੱਤੇ ਫਿੱਟ ਕੀਤੀ ਹੋਈ ਆ ਇਹ ਦੋਨਾਂ ਦੀ ਫੋਟੋ ਮੈਂ ਦਿਖਾਵਾਂਗਾ ਤੁਹਾਨੂੰ ਬਾਅਦ ਚੋ ਸੋ ਕਹਿੰਦਾ ਇੱਕ ਗੱਡੀ ਦੇ ਉੱਤੇ ਜੇਕਰ ਗਰੂ ਫਿੱਟ ਕੀਤੀ ਗਈ ਹੋਈ ਆ ਉਹ ਕੀ ਕਰਦੀ ਹੈ ਮਤਲਬ ਕਿ ਉਸ ਸਮਾਨ ਨੂੰ ਹੈਲਪ ਕਰਦੀ ਹੈ ਜੇਕਰ ਭਾਰਾ ਸਮਾਨ ਹੈ ਉਹਨੂੰ ਚੱਕ ਕੇ ਬਾਹਰ ਰੱਖਦੀ ਆ ਤੇ ਜੇਕਰ ਅੰਦਰ ਲੱਦਣਾ ਹੁੰਦਾ ਤੇ ਉਸ ਸਮਾਨ ਨੂੰ ਚੱਕ ਕੇ ਅੰਦਰ ਰੱਖਦੀ ਆ ਗਰੂ ਦਾ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਕੀ ਹੁੰਦਾ ਕਹਿੰਦਾ ਜਿਹੜੀ ਗੱਡੀ ਉੱਤੇ ਗਰੂ ਲੱਗੀ ਹੋਵੇ ਜੇਕਰ ਉਹਨੂੰ ਵਰਤਦੇ ਆ ਸਮਾਨ ਲੱਦਣ ਜਾਂ ਉਤਾਰਨ ਵਧਲੇ ਪ੍ਰੀਮਾ ਦੀ ਨਿਚਾਰੇ ਸ਼ੁਰੂ ਕਰਨ ਤੋਂ ਪਹਿਲਾਂ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਕੋਰੇ ਅਸੀਂ ਖੁਰਾਰ ਸੀ ਆਪਾਂ ਨੂੰ ਧਿਆ ਪੀਏਡੀ ਟੈਲੀਸਕੋਪੀਜੀ ਟੈਲੀਸਕੋਪੀਜੀ ਪੀਏਡੀ ਕਿਹੜੇ ਹੁੰਦੇ ਨੇ ਤੁਹਾਨੂੰ ਦਿਖਾ ਦਿੰਨਾ ਸੋ ਜੀ ਇਹ ਇੱਕ ਗੱਡੀ ਹੈ ਜਿਹਦੇ ਉੱਤੇ ਗਰੂ ਲੱਗੀ ਹੋਈ ਹੈ ਇਹ ਗਰੂ ਫਿਕਸ ਕੀਤੀ ਹੋਈ ਹੈ ਇੱਕ ਗੱਡੀ ਉੱਤੇ ਤੇ ਇਹ ਹੋ ਗਿਆ ਆਪਣੇ ਟੈਲੀਸਕੋਪੀਜੀ ਠੀਕ ਹੈ ਪੀਏਡੀ ਟੈਲੀਸਕੋਪੀਜੀ ਜਿੱਦਾਂ ਗੱਡੀ ਨੂੰ ਬਲੌਕ ਕਰ ਦਿੱਤਾ ਜਾਂਦਾ ਗੱਡੀ ਅੱਗੇ ਨਹੀਂ ਜਾਂਦੀ ਪਿੱਛੇ ਨਹੀਂ ਜਾਂਦੀ ਆਪਣੀ ਜਗ੍ਹਾ ਤੇ ਖੜ੍ਹੀ ਜਾਂਦੀ ਆ ਦੋ ਅੱਗੇ ਲੱਗੇ ਹੁੰਦੇ ਨੇ ਦੋ ਪਿੱਛੇ ਲੱਗੇ ਹੁੰਦੇ ਨੇ ਵੇਖੋ ਕਿਹੜਾ ਲੱਗੇ ਨੇ ਤੇ ਕਿਹੜਾ ਲੱਗੇ ਠੀਕ ਹੈ ਸੋ ਬੀਰੋ ਹੋ ਗਿਆ ਆਪਣਾ ਇਹ ਸਵਾਲ ਕਿਉਂਕਿ ਆਪਣੀ ਗੱਡੀ ਦੇ ਟਾਇਰ ਜਿਹੜੇ ਨੇ ਬਲੌਕ ਕਰਨੇ ਚਾ ਕਦੋਂ ਤੁਸੀਂ ਸਿਸ ਕਾਰੀਕਾ ਇਲ ਵੇਕਲੋ ਕਾਰੀਕਾ ਤੋ ਕਨ ਪੈਲੈਟਸ ਪੇਜ਼ਾਂਤੀ ਸੁ ਦੋਪੀਆ ਫੀਲਾ ਐ ਬੇਨੇ ਸਕਾਰੀਕਾਰਨੇ ਅਲਟਰਨੇਟਿਵਾਮੈਂਤੇ 1 ਪਰ ਲਾਟੋ ਪਰ ਨੋਨ ਸਬੀਲਾਂਚਿਆਰੇ ਇਲ ਵੇਕਲੋ ਸੋ ਜੇ ਅਸਵਲ ਚ ਕਹਿੰਦਾ ਪੈ ਇੱਕ ਜਦੋਂ ਸਕਾਰੀਕਾਰੇ ਕਰਨੇ ਪਿਆ ਉਤਾਰਨੇ ਪਿਆ ਗੱਡੀ ਤੋਂ ਜਿਹੜਾ ਲੋਡ ਕੀਤੇ ਹੋਏ ਪੈਲੈਟ ਪੇਜ਼ਾਂਤੀ ਨੇ ਪੈਲੈਟਸ ਕਿ ਹੁੰਦਾ ਤੁਹਾਨੂੰ ਮੈਂ ਦਿਖਾ ਦੇਣਾ ਪਹਿਲਾਂ ਸੋ ਜੇ ਹੁੰਦਾ ਆਪਣਾ ਪੈਲੈਟ ਇੰਡਸਟਰੀਅਲ ਏਰੀਏ ਚ ਇਹਦੇ ਕਾਫੀ ਲੋਡ ਹੁੰਦੀ ਆ ਸੋ ਇਹਨਾਂ ਟ੍ਰਾਂਸਪੋਰਟ ਕੀਤਾ ਜਾਂਦੇ ਆ ਦੇਖੋ ਇੱਕ ਫੀਲਾ ਬਣਾਇਆ ਹੋਇਆ ਪੂਰਾ ਤੁਸ ਤੋਂ ਬਤਾਇਆ ਦੂਸਰਾ ਫੀਲਾ ਠੀਕ ਹੈ ਦੋ ਲਾਈਨਾਂ ਬਣਾਈ ਹੋਈਆਂ ਦੋ ਖਤਾਰਾਂ ਨੇ ਇਹਨਾਂ ਦੀਆਂ ਸੋਖੀ ਕਹਿੰਦਾ ਸਵਾਲ ਵਿੱਚ ਕਹਿੰਦਾ ਜਦੋਂ ਤੁਸੀਂ ਪੈਲੈਸ ਨੂੰ ਟ੍ਰਾਂਸਪੋਰਟ ਕਰਦੇ ਪਿਓ ਦੋਪੀਆ ਫੀਲਾ ਵਿੱਚ ਮਤਲਬ ਕਿ ਡਬਲ ਲਾਈਨ ਵਿੱਚ ਜਿਵੇਂ ਤੁਹਾਨੂੰ ਦਿਖਾ ਕੇ ਟਿਆਂ ਇੱਕ ਲਾਈਨ ਸੱਜੇ ਬਣਾਈ ਸੀ ਇੱਕ ਖੱਬੇ ਬਣਾਈ ਹੋਈ ਸੀ ਸਹੀ ਰਹੇਗਾ ਕਿ ਉਹਨੂੰ ਆਪਾਂ ਉਤਾਰੀਏ ਅਨਲੋਡ ਕਰੀਏ ਸਮਾਨ ਨੂੰ ਜਦੋਂ ਉਤਾਰਨੇ ਪਿਆ ਉਹਨੂੰ ਅਲਟਰਨੈਟਿਵਲੀ ਮੈਂਟ ਉਨ ਪਰ ਲਾਤੋ ਅ ਮਤਲਬ ਕਿ 1/1 ਕਰਕੇ ਆਪਾਂ ਉਤਾਰਨਾ ਪੈਣਾ ਪਰ ਬਾਈ ਸਾਈਡ ਮਤਲਬ ਇੱਕ ਗਰੁੱਪ ਉਤਾਰੇ ਇੱਕ ਸਾਈਡ ਦਾ ਫਿਰ ਦੂਸਰਾ ਗਰੁੱਪ ਉਤਾਰੇ ਦੂਜੀ ਸਾਈਡ ਦਾ ਐ ਨਹੀਂ ਕਿ ਸਾਰੇ ਇੱਕੋ ਸਾਈਡ ਦੇ ਉਤਾਰਤੇ ਤੇ ਸਾਰੇ ਦੂਜੀ ਸਾਈਡ ਦੇ ਬਾਅਦ ਚ ਉਤਾਰੇ ਇਦਾਂ ਨਹੀਂ ਕਰਨਾ ਕਿਉਂ ਨਹੀਂ ਕਰਨਾ ਕਿਉਂਕਿ ਇੱਥੇ ਲਿਖਿਆ ਹੋਇਆ ਪੈਨੋਨਜ਼ ਬਿਲਾਂਚਾਰੇ ਇਲਵੇ ਕਰੋ ਗੱਡੀ ਦਾ ਬੈਲੈਂਸ ਨਾ ਵਿਗਾੜਨ ਲਈ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਗੱਡੀ ਦਾ ਬੈਲੈਂਸ ਨਾ ਵਿਗੜਿਆ ਆਪਾਂ ਨੂੰ ਇਸ ਕਰਕੇ E danni carnacida che smano girai a nu uh, sarene che passa dautale a deducire passa da baciutare, nei, a panutarnacida alternativamente per uno per lato, ma tu hai che, one by one, side by side, carca panutarnacida. Che che è questo è vero? Soggiù di anglesualte, quando si scarica un veicolo con cassone ribaltabile, pieno di sabbia o materiale simile, è bene farlo con molta gradualità e attenzione, facendosi guidare da persona a terra per limitare il rischio di ribaltamento del veicolo. ਕਹਿੰਦਾ ਜਦੋਂ ਆਪਾਂ ਖਾਲੀ ਕਰਨੇ ਪਏ ਗੱਡੀ ਨੂੰ ਜਿਹਦਾ ਕਸੋਨੇ ਰਿਬਲਤਾ ਬਿਲੇ ਹਮ ਸੋ ਕਸੋਨੇ ਰਿਬਲਤਾ ਬਿਲੇ ਕੀ ਹੁੰਦਾ ਮਤਲਬ ਕਿ ਕੈਸੇ ਡਾਲੇ ਜਿੰਨਾਂ ਦੇ ਵਿੱਚ ਇੱਕ ਪ੍ਰੈਸ਼ਰ ਵਾਲੀ ਲਿਫਟ ਲੱਗੀ ਹੁੰਦੀ ਹੈ ਜਿੰਨੂੰ ਜਿਵੇਂ ਆਪਾਂ ਪ੍ਰੈਸ਼ਰ ਔਨ ਕਰਦੇ ਆਂ ਤੇ ਉਹ ਉੱਤੇ ਨੂੰ ਚੱਕ ਹੋ ਜਾਂਦੀ ਹੁੰਦੀ ਹੈ ਅੰਦਰ ਜਿਹੜਾ ਮਟੀਰੀਅਲ ਹੁੰਦਾ ਹੈ ਉਹ ਬਾਹਰ ਨੂੰ ਨਿਕਲ ਜਾਂਦਾ ਬਾਹਰ ਡਿੱਗ ਜਾਂਦਾ ਤੁਹਾਨੂੰ ਇੱਕ ਵਾਰ ਫੋਟੋ ਦਿਖਾ ਦਿੰਨਾ ਓਕੇ ਜੀ ਇਹ ਲਿਫਟ ਲੱਗੀ ਹੋਈ ਹੈ ਜਿਸ ਕਰਕੇ ਆਪਣੇ ਵਾਲਾ ਕਸੋਨੇ ਆ ਉਹ ਬਾਹਰ ਨੂੰ ਉਢੇਲ ਦਿੰਦਾ ਜੋ ਕਸ਼ੇ ਦੇ ਅੰਦਰ ਹੈਗਾ ਸੋ ਇਹਦੇ ਵਿੱਚ ਕਹਿੰਦਾ ਆਪਿਆ ਵੀ ਸਾਬਿਆ ਪੀਐਨਓ ਦੀ ਸਾਬਿਆ ਵੀ ਅੰ ਅਬ ਇਹਨੇ ਫਾਰ ਲੋ ਵੀ ਕੀਤਾ ਜਾਵੇ ਕੋਨਮੋਲ ਤੋਂ ਗ੍ਰਦਵਾਲਤਾ ਮਤਲਬ ਕਿ ਹੌਲੀ ਹੌਲੀ ਕੀਤਾ ਜਾਵੇ ਤੇ ਧਿਆਨ ਨਾਲ ਕੀਤਾ ਜਾਵੇ ਪਚਿੰਦੋਸੀ ਗੁਈਦਾਰੇ ਦਾ ਪਰਸੋਨਾ ਅਤੇਰਾ ਹੈਲਪ ਲਈਏ ਇੱਕ ਐਸੇ ਬੰਦੇ ਦੀ ਜਿਹੜਾ ਜ਼ਮੀਨ ਤੇ ਹੈ ਜਿਹੜਾ ਉਸ ਜਗ੍ਹਾ ਤੇ ਹੈਗਾ ਉਹਦੇ ਕੋਲ ਇੱਕ ਹੈਲਪ ਲਈਏ ਪਚਿੰਦੋਸੀ ਗੁਈਦਾਰੇ ਦਾ ਪਰਸੋਨਾ ਵੀ ਉਹਦੇ ਵੱਲੋਂ ਇੱਕ ਤਰ੍ਹਾਂ ਦੀ ਹੈਲਪ ਲਈ ਹੈ ਪ੍ਰੀਲੀਮਿਟਾਰੇ ਇਲ ਰਿਸਕਿਓ ਦੀ ਰਿਵਾਲਟਮੈਂਟੋ ਦਲ ਵੇਇਕੂਲੋ ਗੱਡੀ ਦੇ ਪਲਟਣ ਦਾ ਰਿਸਕ ਨੂੰ ਲਿਮਿਟ ਕਰ ਲੀ ਕੱਟ ਕਰਨ ਲਈ ਠੀਕ ਹੈ ਜੀ ਸੋ ਐਵਰੀਵੇਰੋ ਕੁਆਂਦੋ ਸੇੀ ਟ੍ਰਾਂਸਪੋਰਟਾ ਮਾਟੇਰੀਅਲੇ ਕੇ ਡੇਬਾ ਐਸਰੇ ਟ੍ਰਾਟੇਨੂਟੋ ਦਾ ਚਿੰਘੀਏ ਪਰ ਇਲੋਰੋ ਸੇ ਰਾਜੋ ਪੋ ਐਸਰੇ ਨੇਸੇਸਾਰੀਓ ਲੂਸੋ ਦੀ ਉਨ ਕ੍ਰਿਕੇਟੋ ਟੈਂਡਿਟੋਰੇ ਸੋ ਕ੍ਰਿਕੇਟੋ ਟੈਂਡਿਟੋਰੇ ਤੇ ਚਿੰਘੀਏ ਹੁੰਦੇ ਕੀ ਨੇ ਦਿਖਾ ਦੇਣਾ ਤੁਹਾਨੂੰ ਫੋਟੋ ਰਹੀ ਸੋ ਜੀ ਐ ਆਪਣੇ ਹੋਗੇ ਚਿੰਘੀਏ ਜਿਨ੍ਹਾਂ ਨਾਲ ਆਪਾਂ ਆਪਣੇ ਸਮਾਨ ਨੂੰ ਕਸਦੇ ਆਂ ਤੇ ਐ ਹੁੰਦਾ ਇਹਨਾਂ ਨੂੰ ਕਸਣ ਵਾਲਾ ਠੀਕ ਹੈ ਤਿੰਨ ਦੀ ਤੋਰ ਹੈ ਇਹਦੇ ਨਾਲ ਕਸਿਆ ਜਾਂਦਾ ਸੋ ਜੀ ਕੁਛ ਇਸ ਤਰੀਕੇ ਦੀ ਹੋਏਗੀ ਆਪਣਾ ਤਿੰਨ ਦੀ ਤੋਰੇ ਠੀਕ ਹੈ ਜੀ ਸੋ ਤੁਹਾਨੂੰ ਪਤਾ ਲੱਗ ਗਿਆ ਹੁਣ ਕ੍ਰਿਕੇਟ ਉਹ ਤਿੰਨ ਦੀ ਤੋਰੇ ਤੇ ਚਿੰਘੀਏ ਕੀ ਆਪਣੇ ਸਮਾਨ ਨੂੰ ਕਸਦੇ ਹਾਂ ਕਹਿੰਦਾ ਜਦੋਂ ਟਰਾਂਸਪੋਰਟ ਕਰਨੇ ਪਏ ਇੱਕ ਐਸਾ ਮਟੀਰੀਅਲ ਜਿੰਨੂੰ ਕਸ ਕੇ ਰੱਖਣਾ ਪੈਂਦਾ ਚਿੰਗੇ ਨਾਲ ਬੈਲਟ ਨਾਲ ਕਸ ਕੇ ਰੱਖਣਾ ਪੈਂਦਾ ਪਹਿਲੇ ਲੋਰੋ ਸਿਰਾਜੋ ਸਿਰਾਜੋ ਹੁੰਦਾ ਕਸਣਾ ਉਹਨਾਂ ਨੂੰ ਕਸਣ ਲਈ ਪੋਇਸਰੇ ਨੇ ਸਾਰੀ ਲੋਡ ਪੈ ਸਕਦੀ ਹੈ ਕ੍ਰਿਕੈਟੋ ਦੀ ਕ੍ਰਿਕੈਟੋ ਤਿੰਨ ਦੀ ਤੋਰੇ ਤੇ ਜਿਹੜਾ ਆਪਾਂ ਦਿਖਾ ਕੇ ਟੇਸੀ ਤੁਹਾਨੂੰ ਕਹਿੰਦਾ ਉਹਦੀ ਲੋਡ ਪੈ ਸਕਦੀ ਹੈ ਠੀਕ ਹੈ ਸੋ ਐ ਵੇਰਵਾ ਕਹਿੰਦਾ ਸੀ ਕਾਰੀਕਾ ਉਸ ਕਾਰੀਕਾ ਮਟੀਰੀਅਲ ਓਕੋਰੇ ਸੈਂਪਰੇ ਇੰਡੋਸਾਰੇ ਇ ਗੁਆਂਤੀ ਪ੍ਰੋਟੈਕਟਿਵੀ ਐ ਸੇ ਨੇਸਸਾਰੀਓ ਇਲ ਕਾਸਕੋ ਇਲ ਯੋਕਿਆਲੀ ਕਹਿੰਦਾ ਜਦੋਂ ਵੀ ਲੋਡ ਕਰਨੇ ਪਏ ਜਾਂ ਅਨਲੋਡ ਕਰਨੇ ਪਏ ਸਮਾਨ ਚੜਾਣੇ ਪਏ ਜਾਂ ਉਤਾਰਨੇ ਪਏ ਉਹ ਕੋਰੇ ਸੇਮਪਰੇ ਇੰਦੋਸਾਰੇ ਵੀ ਹਮੇਸ਼ਾ ਪਾਣੇ ਚਾਹੀਦੇ ਨੇ ਇਗਵਾਂਤੀ ਪ੍ਰੋਤੇਤੀ ਵੀ ਆਪਣੇ ਗਲਵਜ਼ ਜਿਹੜੇ ਨੇ ਦਸਤਾਨੇ ਜਿਹੜੇ ਨੇ ਪਾਣੇ ਚਾਹੀਦੇ ਨੇ ਤੇ ਜੇਕਰ ਲੋਡ ਪਵੇ ਤੇ ਹੈਲਮਟ ਤੇ ਓਖਿਆਲੀ ਵੀ ਪਾਓ ਚਸ਼ਮੇ ਤੇ ਆਪਣਾ ਹੈਲਮਟ ਵੀ ਪਾਓ ਠੀਕ ਹੈ ਸੋ ਐਵਰੀਵੇਰੋ ਕਵਾਂਦੋ ਸਿਸ ਕੋਲਲੇਗੋਨੋ ਇ ਟੂ ਬੀ ਦਾਰੀਆ ਕੋਂਪਰੇਜ਼ਾ ਦੇ ਜੋਂਤੀ ਡੈਲ ਰਿਮੋਰਕਿਓ ਸੇਮਿ ਰਿਮੋਰਕਿਓ ਓਕਕੋਰੇ ਪ੍ਰੀਮਾ ਅਵਰੇ ਇੰਦੋਸਾਤੋ ਇ ਦੋਨੀਏ ਇੰਦੋਮੇਂਤੀ ਪ੍ਰੋਤੇਟਿਵੀ ਕਹਿੰਦਾ ਜਦੋਂ ਵੀ ਸਕੋਲੇ ਕਾਰਜ ਕਰਦੇ ਹੋ ਮਤਲਬ ਕਿ ਡਿਸਕਨੈਕਟ ਕਰਦੇ ਪਿਓ ਪਾਈਪ ਨੂੰ ਜਿਹੜੀ ਹਵਾ ਦੇ ਪ੍ਰੈਸ਼ਰ ਵਾਲੀ ਹੁੰਦੀ ਏ ਉਹਨ ਪਾਈਪਾਂ ਨੂੰ ਜਦੋਂ ਤੁਸੀਂ ਹਟਾਉਂਦੇ ਪਿਓ ਕਿਉਂਕਿ ਪ੍ਰੈਸ਼ਰ ਦੇ ਨਾਲ ਹੁੰਦਾ ਬ੍ਰੇਕਾਂ ਬਰੁਕਾਂ ਬਦਲੇ ਹੋਰ ਵਿੱਚ ਜਾ ਬਦਲੇ ਸੋ ਜਦੋਂ ਵੀ ਉਹ ਪਾਈਪਾਂ ਨੂੰ ਹਟਾ ਰਹੇ ਹੋ ਉਥੋਂ ਦੀ ਜਦੋਂ ਵੀ ਉਹਨਾਂ ਨੂੰ ਅਨਪਲੱਗ ਕਰਦੇ ਪਿਓ ਦੇ ਜੁੰਤੀਦਲ ਰਿਮੋਰਖਿਓ ਰਿਮੋਰਖਿਓ ਦੇ ਜਿਹੜੇ ਜੋੜ ਹੁੰਦੇ ਨੇ ਉਹਨਾਂ ਤੋਂ ਜਾਂ ਸੇਮੀ ਰਿਮੋਰਖਿਓ ਦੇ ਉਕੋਰੇ ਪ੍ਰੇਮਾ ਅਵੇਰੇ ਇੰਦੋ ਸਾਤੋ ਚਾਹੀਦਾ ਹੈ ਕਿ ਪਹਿਲਾਂ ਪਾਈਏ ਇਦੋਨੀਆ ਜਿਹੜੇ ਸਹੀ ਲੈਂਦੇ ਨੇ ਇੰਡੋਮੈਂਟੀ ਪ੍ਰੋਟੈਟਿਵੀ ਮਤਲਬ ਕਿ ਜਿਹੜੇ ਵੀ ਆਪਣੇ ਸੁਰੱਖਿਆ ਬਦਲੇ ਆਪਣੀ ਸੇਫਟੀ ਬਦਲੇ ਜਿਹੜੇ ਵੀ ਕੱਪੜੇ ਹੁੰਦੇ ਨੇ ਸਹੀ ਜਿਹੜੇ ਕੱਪੜੇ ਹੁੰਦੇ ਨੇ ਆਪਾਂ ਨੂੰ ਪਾਣੇ ਚਾਹੀਦੇ ਨੇ ਠੀਕ ਹੈ ਜੀ ਸੋ ਐਵੈਰੋ Quando si trasportano liquidi in cisterna prima di partire occorre assicurarsi della corretta chiusura dei portelli dei passi duomo ਕਹਿੰਦਾ ਜਦੋਂ ਵੀ ਲਿਕਵਿਡ ਟਰਾਂਸਪੋਰਟ ਕਰਨੇ ਪੈ ਚਿਸਟਰਨਾ ਵਿੱਚ ਪ੍ਰੀਮਾ ਦੀ ਪਾਰਤੀਰੇ ਸ਼ੁਰੂ ਹੋਣ ਤੋਂ ਪਹਿਲਾਂ ਤੁਰੰਤ ਤੋਂ ਪਹਿਲਾਂ occorre assicurarsi es calda shore ਕਰਨਾ ਚਾਹੀਦਾ ਇਸ ਗੱਲ ਨੂੰ ਪੱਕਾ ਕਰਨਾ ਚਾਹੀਦਾ della corretta chiusura avesse i trick in a band che te che hon dei portelli ਦੇ ਪਾਸੇ ਦੇ ਵੋਮਲ ਜਿਹੜੇ ਉਹਦੇ ਹੈਚ ਹੁੰਦੇ ਨੇ ਜਿਹੜੇ ਉੱਤੇ ਅੰਦਰ ਢੱਕਣ ਲੱਗੇ ਹੁੰਦੇ ਨੇ ਕਹਿੰਦਾ ਨਾ ਚੰਕੀ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਹੋਵੇ ਆਪਾਂ ਨੂੰ ਸ਼ੋਰ ਕਰਨਾ ਚਾਹੀਦਾ ਪੱਕਾ ਕਰਨਾ ਚਾਹੀਦਾ ਠੀਕ ਹੈ ਜੀ ਸੋ ਐਵੇਂ ਰੋ ਵੱਧਿਆ ਅਗਲੇ ਸਵਾਲ ਤੇ ਕਹਿੰਦਾ ਤੁਸੀਂ ਸਰਕੂਲਾ ਕੋਨ ਉਨ ਵੇਹੀਕਲੋ ਦੋ ਤਾਤੋ ਦੀ ਗਰੂ ਓਕੋਰੇ ਅਸਿਕੁਰਾਰਸੀ ਦੀ ਅਵੇਰਲਾ ਬੈਨਫੀਸਾਤੋ ਪ੍ਰੀਮਾ ਦੀ ਮੈਟਰਸੀ ਇਨ ਮੋਟੋ ਕਹਿੰਦਾ ਜਦੋਂ ਸਫਰ ਸ਼ੁਰੂ ਕੀਤਾ ਇੱਕ ਗੱਡੀ ਦੇ ਜਿੰਦੇ ਵਿੱਚ ਗਰੂ ਲੱਗੀ ਆ ਉਹ ਕੋਰਿਆ ਸੀ ਕੁਰਾਰ ਸੀ ਵੀ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਦੀ ਅਵੇਰ ਲਾ ਬੈਨਫੀਸਾ ਤੋਂ ਵੀ ਆਪਾਂ ਸਹੀ ਤਰੀਕੇ ਨਾਲ ਉਹਨੂੰ ਫਿਕਸ ਕਰ ਦਿੱਤਾ ਹੈ ਆਪਣੀ ਗਰੂ ਨੂੰ ਪ੍ਰੇਮਾ ਦੀ ਮਹਤਰਸੀਨ ਮੋਟੋ ਤੁਰੰਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਠੀਕ ਹੈ ਜੀ ਸਵਾਵੀਵੇਰੋ ਸੇ ਸਿਰਕੂਲਾ ਕੋਨ ਵੇਹਿਕੂਲੋ ਟ੍ਰਾਂਸਪੋਰਟਾਂਤੇ ਪਾਲੇਟਸ ਕੇ ਰੀਏਂਪੀਨੋ ਮੇਨੋ ਡੈਲਾ ਮੇਤਾ ਦੈਲ ਵਾਨੋ ਦੀ ਕਾਰੀਕੋ ਨੋਨ ਵਿਸੋਨੋ ਪ੍ਰੋਬਲੇਮੀ ਦੁਰਾਂਟੇ ਲੇ ਫਰੇਨਾਂਤੇ ਐ ਲੇ ਅਚੀਰ ਲਾਜ਼ੀਓਨੀ ਕਹਿੰਦਾ ਜਦੋਂ ਸਫਰ ਕਰਨੇ ਪਏ ਜਦੋਂ ਸਫਰ ਕਰਨੇ ਪਏ ਇੱਕ ਗੱਡੀ ਜਿਹੜੀ ਟਰਾਂਸਪੋਰਟ ਕਰਦੀ ਵੀ ਪੈਲਟਸ ਨੂੰ ਜਿਹੜੀ ਮੈਂ ਤੁਹਾਨੂੰ ਦਿਖਾ ਕੇ ਟੇ ਸੀ ਭਰੀਆਂ ਹੋਈਆਂ ਨੇ ਮੇਨੋ ਜਲਾਮੇ ਤਾਂ ਵੀ ਅੱਧੇ ਤੋਂ ਵੀ ਘੱਟ ਭਰੇ ਹੋਏ ਨੇ ਠੀਕ ਹੈ ਦਲਵਾਨੋ ਵਾਨੋ ਧਿਕਾਰੀ ਕੋ ਹੋ ਗਿਆ ਆਪਣਾ ਡੱਬਾ ਜਾਂ ਆਪਣਾ ਡਾਲਾ ਨੋਨ ਵੀ ਸੋਨੋ ਪ੍ਰੋਬਲਮ ਹੀ ਪ੍ਰੋਬਲਮ ਨਹੀਂ ਹੈਗੀ ਦੌਰਾਨ ਤੇ ਲਿਫਰੇ ਨਾਤੇ ਬ੍ਰੇਕ ਮਾਰਨ ਦੌਰਾਨ ਤੇ ਸਪੀਡ ਦੇਣ ਦੇ ਦੌਰਾਨ ਸੋ ਕਹਿੰਦਾ ਜੇਕਰ ਉਹ ਅੱਧੇ ਤੋਂ ਜ਼ਿਆਦਾ ਨਹੀਂ ਭਰੇ ਹੋਏ ਆਪਣੇ ਪੈਲਟਸ ਨਾਲ ਆਪਣੇ ਜਿਹੜੇ ਵਾਨੋ ਹੋਏਗਾ ਉਜੇਕਰ ਅੱਧੇ ਤੋਂ ਵੀ ਜ਼ਿਆਦਾ ਨਹੀਂ ਪਰੇ ਹੋਏ ਫਿਰ ਕਹਿੰਦਾ ਫਲੋਰ ਵੀ ਨਹੀਂ ਹੈਗੀ ਸੋ ਫਾਲਸੋ ਹੋਏਂਦਾ ਫਲੋਰਮ ਹੈਗੀ ਆ ਜੇ ਬ੍ਰੇਕ ਮਾਰਾਂਗੇ ਉਹ ਅੱਗੇ ਨੂੰ ਜਾਣਗੇ ਜੇਕਰ ਆਪਾਂ ਰੇਸ ਦਵਾਂਗੇ ਉਹ ਪਿੱਛੇ ਨੂੰ ਜਾਣਗੇ ਠੀਕ ਹੈ ਸੋ ਉਹਨਾਂ ਦੀ ਹਿਲਡੂਲ ਬਣੀ ਰਹੇਗੀ ਸੋ ਇਸ ਕਰਕੇ ਫਲੋਰਮ ਹੋਏਗੀ ਨਾ ਕਿ ਨਹੀਂ ਹੋਏਗੀ ਸੋ ਫਾਲਸੋ ਅਗਲਾ ਕਹਿੰਦਾ ਕਵਾਂਦੋ ਸਿਸਕਾਰਿਕੋਨ ਵੇਈਕੂਲੋ ਕੋਨ ਕਾਸੋਨੇ ਰਿਪਾਲਟਾਬਿਲੇ ਪੀਨੋ ਦੀ ਸਾਬੀਆ ਓ ਮਾਟੇਰੀਅਲੇ ਸਿਮਿਲੇ ਐ ਬੇਨੇ ਫਾਰਲੋ ਕੋਨ ਰਾਪਿਦਿਤਾ ਐ ਸੇਂਜ਼ਾ ਮਾਈ ਆਰੇਸਟਾਰਸੀ ਫੀਨੋ ਅਲ ਫੀਨੇ ਕੋਰਸਾ ਦੈਲ ਪਿਸਟੋਨੇ ਸੋਲੇਵਾਟੋਰੇ ਪਰ ਕੇ ਇਲ ਮਟੀਰੀਅਲ ਇਸ ਬਲੋਕੀ ਇਸ ਦੇਬਾ ਕੋਜ਼ੀ ਇਸ ਕਰੀਕਾਰਲੋ ਆਮਾਨੋ ਕਹਿੰਦਾ ਜਦੋਂ ਖਾਲੀ ਕਰਨੇ ਪਏ ਗੱਡੀ ਨੂੰ ਜਿੰਦੇ ਵਿੱਚ ਕਸੋਂ ਨੇ ਰੀ ਬਲਤਾਬੀ ਲੱਗਾ ਜਿੰਦੇ ਵਿੱਚ ਰੇਤ ਭਰੀ ਹੋਈ ਹੈ ਜਾਂ ਕੋਈ ਐਸੀ ਤਰੀਕੇ ਦਾ ਮਟੀਰੀਅਲ ਹੈ ਸੇਮ ਤਰੀਕੇ ਦਾ ਹੈ ਐਬੇ ਨੇ ਫਾਰਲੋ ਕੋਨ ਰੈਪਿਡਿਤਾ ਕਹਿੰਦਾ ਤੇਜ਼ੀ ਨਾਲ ਕਰ ਦੇਣਾ ਚਾਹੀਦਾ ਇਹਨੂੰ ਸੋ ਫਾਲਸ ਹੋ ਜਾਂਦਾ ਆਪਾਂ ਤੇਜ਼ੀ ਨਾਲ ਨਹੀਂ ਕਰਨਾ ਹੁੰਦਾ ਆਰਾਮ ਨਾਲ ਹੌਲੀ ਹੌਲੀ ਖੋਲੀ ਹੌਲੀ ਕਰਨਾ ਹੁੰਦਾ ਇਸ ਸੈਂਸਾ ਮਾਇਰ ਇਸ ਤਰ੍ਹਾਂ ਸੀ ਤੇ ਰੁਕਣਾ ਨਹੀਂ ਹੈਗਾ ਜਦਕਿ ਆਪਾਂ ਨੂੰ ਦੱਸਿਆ ਗਿਆ ਸੀ ਵੀ ਹੌਲੀ ਹੌਲੀ ਕਰਨਾ ਹੈ ਤੇ ਸਾਵਧਾਨੀ ਨਾਲ ਕਰਨਾ ਹੈ ਤੇ ਇੱਥੇ ਕਹਿੰਦਾ ਵੀ ਬਿਨਾਂ ਰੁਕੇ ਮਤਲਬ ਜੇਕਵਰ ਦਬਤਾ ਬਟਨ ਤੇ ਬਾਸ ਉਹ ਚੱਕ ਕੇ ਪੂਰਾ ਖੋਲੇਗਾ ਡਾਲੇ ਨੂੰ ਪੂਰਾ ਉੱਤੇ ਤੱਕ ਲੈ ਜਾਏਗਾ ਉਦੋਂ ਹੀ ਰੁਕੇਗਾ ਜਦੋਂ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਨੀਚੇ ਆਏਗਾ ਸੋ ਫਾਲਸੋਇਦਾ ਨਹੀਂ ਕਰਨਾ ਉਹਨੂੰ ਰੋਕਣਾ ਪੈਣਾ ਥੋੜਾ ਥੋੜਾ ਕਰਕੇ ਰੋਕਣਾ ਪੈਣਾ ਤਾਂ ਜੋ ਗੱਡੀ ਆਪਣੀ ਪਲਟ ਨਾ ਜਾਵੇ ਅੱਗੇ ਕਹਿੰਦਾ ਪਿਸਟਨ ਨੇ ਸੁੱਲੇ ਵਤਾਰੇ ਮਤਲਬ ਜਿਹੜਾ ਚੱਕਦਾ ਪਿਆ ਜਿਹੜਾ ਪਿਸਟਨ ਲੱਗਾ ਹੋਇਆ ਪਰ ਇਹ ਵੀ ਤਾਰੇ ਕੇ ਇਲ ਮਟੀਰੀਅਲ ਬਚਨ ਲਈ ਕਿ ਜਿਹੜਾ ਮਟੀਰੀਅਲ ਹੈ ਉਹ ਬਲੌਕ ਨਾ ਹੋ ਜਾਏ ਆ ਬਲੌਕ ਹੋ ਜਾਏ ਮਤਲਬ ਵੀ ਸਾਬ ਲਾ ਲੋ ਵੀ ਰੇਤ ਵਾਲਾ ਡਾਲ ਲੈਤਾ ਡਾਲਾ ਥੋੜਾ ਚੱਕਨੇ ਪਿਆ ਤੇ ਕਈ ਵਾਰ ਕੀ ਹੁੰਦਾ ਵੀ ਉੱਤੇ ਥੋੜੀ ਜਿਹੀ ਰੇਤ ਉੱਤੇ ਇੱਕ ਖੁੰਝੇ ਵਿੱਚ ਲੱਗਾ ਜਾ ਰਿਆ ਜਾਂਦਾ ਸੋ ਕਹਿੰਦਾ ਇਦਾਂ ਨਾ ਹੋਵੇ ਉਹਨੂੰ ਬਲੌਕ ਕਰਨ ਤੋਂ ਰੋਕਣ ਲਈ ਜੇਕਰ ਕਹਿੰਦਾ ਇਦਾਂ ਨਾ ਕੀਤਾ ਤੇ ਕਹਿੰਦਾ ਸਿੱਧੇ ਬਾ ਕੋਸ਼ਿਸ਼ ਕਰੀ ਕਰ ਲਓ ਮਾਨੂੰ ਨਹੀਂ ਤੇ ਕਹਿੰਦਾ ਆਪਾਂ ਨੂੰ ਹੱਥ ਨਾਲ ਵੀ ਕਰਨਾ ਪੈਣਾ ਵੀ ਹੱਥਾਂ ਨਾਲ ਆਪਣੇ ਹੱਥਾਂ ਨਾਲ ਜਿਹੜਾ ਮਟੀਰੀਅਲ ਜਿਹੜਾ ਫਸਿਆ ਹੋਇਆ ਉਹਨੂੰ ਕੱਢਣਾ ਪੈਣਾ ਇਦਾਂ ਇਸ ਤਰੀਕੇ ਤੋਂ ਬਚਣ ਲਈ ਆਪਾਂ ਨੂੰ ਕਹਿੰਦਾ ਇੱਕੋ ਵਾਰੀ ਬਟਨ ਦੱਬਿਆ ਤੇ ਬਸ ਆ ਪੂਰੀ ਉੱਤੇ ਡਾਲਾ ਚੱਕ ਕੇ ਰੇਤ ਬਾਹਰ ਕੱਢ ਦੇਣਾ ਸੋ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਆਪਾਂ ਨੂੰ ਰੋਕ ਕੇ ਹੌਲੀ ਹੌਲੀ ਕਰਨਾ ਹੈ Se peril carico o scarico si utilizza la gru montata sul veicolo prima di iniziare le operazioni occorre assicurarsi di aver calato i piedi telescopici dalla sola parte dove si possa atterra il carico So esval je kenda pe jadon vi samaan nu load ya unload karde peo gru nal jehdi gaddi utte lagi hoyi hai shuru karan ton pehla es kamm nu okore assicurarsi pakka karna chahida sure karna chahida di aver calato i piedi matlab jehde de pair hunde ne jehde apne telescopici wale pair hunde ne kenda ohna nu thalle kar ditta gaya hove ਦਲਾ ਸੋਲਾ 파ਰਤੇ ਸਿਰਫ ਉਸ ਹਿੱਸੇ ਚੋਂ ਸੋਲਾ 파ਰਤੇ ਆ ਗਿਆ ਇਸ ਕਰਕੇ ਫਾਲਸ ਹੋ ਜਾਂਦਾ ਕਿੰਦਾ ਸੋਲਾ 파ਰਤੇ ਵੀ ਉਸੇ ਹਿੱਸੇ ਵਿੱਚੋਂ ਦੋਵੇਂ ਸੀ ਪੋਸਾ ਅਤੇ ਰਰਾ ਇਲ ਕਾਰੀਕੋ ਜਿੱਥੇ ਉਹ ਲੋਡ ਜ਼ਮੀਨ ਤੇ ਰੱਖਿਆ ਜਾਏਗਾ ਜਾਂ ਉਥੋਂ ਜ਼ਮੀਨ ਤੋਂ ਚੱਕਿਆ ਜਾਏਗਾ ਠੀਕ ਹੈ ਜੀ ਸੋ ਫਾਲਸ ਹੋ ਜਾਂਦਾ ਆਪਾਂ ਨੂੰ ਸਾਰੇ ਪੇ ਦੀ ਜਿੰਨੇ ਵੀ ਚਲ ਸਕੋਪੀ ਜੀ ਪੇ ਦੀ ਨੇ ਸਾਰੇ ਲਗਾਣੇ ਹੁੰਦੇ ਆ ਨਾ ਕਿ ਸਿਰਫ ਇੱਕ ਜਾਂ ਦੋ ਲਗਾ ਕੇ ਕੰਮ ਸਾਰ ਦੇਣਾ ਸੋ ਫਾਲਸ ਹੋ ਜਾਂਦਾ ਵੱਧੇ ਅੱਗੇ quando si scarica ka il veicolo caricato con pallet pesanti su doppia fila è e bene scaricarlo prima tutta la fila del lato conducente perché in tal modo si migliora la stabilità del veicolo so falso vendan kenda bi jadon vi apan scarika karne pay gaddi utte samaan utarne pay pallets jehde pezante apan ladde hoye ne onna nu jad utarne pay double line ne onna di te kenda sahi rahega ke apan pehla ik side de saare utar di driver side de kenda sare utar di ਕਿਉਂਕਿ ਇਸ ਤਰੀਕੇ ਨਾਲ ਕਹਿੰਦਾ ਜਿਹੜੀ ਦੀ ਸਟੇਬਿਲਿਟੀ ਹੈ ਗੱਡੀ ਦੀ ਉਹ ਬਹੁਤ ਜ਼ਿਆਦਾ ਵਧੀਆ ਬਣ ਜਾਂਦੀ ਹੈ ਸੋ ਫਾਲਸੋ ਇਦਾਂ ਸਟੇਬਿਲਿਟੀ ਖਰਾਬ ਹੁੰਦੀ ਹੈ ਨਾ ਕਿ ਵਧੀਆ ਬਣਦੀ ਆ ਆਪਾਂ ਨੂੰ ਵਨ ਬਾਈ ਵਨ ਸਾਈਡ ਬਾਈ ਸਾਈਡ ਉਤਾਰਨਾ ਹੁੰਦਾ ਉਹਨਾਂ ਨੂੰ ਕੁਆਂਦੋ ਸਿਕਾਰਿਕਾ ਉਹ ਸਿਕਾਰਿਕਾ ਮਟੀਰੀਆਲੇ ਉਹ ਕੋਰੇ ਇਨ ਦੋ ਸਾਰੇ ਇਗਵਾਂਤੀ ਪ੍ਰੋਟੈਕਟਿਵੀ ਸੋਲੋ ਦਿਨ ਵੈਰਨੋ ਪਰ ਐਵਿਟਾਰੇ ਲਿੰਟੋਰਪੇਡੀਮੈਂਟੋ ਦੇਲੇ ਦੀਤਾ ਲੈਸਟਾਂਤੇ ਐ ਇਨਵੇਚੇ ਪਿਊ ਸਿਕੂਰੋ ਮਨੋਵਰੇ ਸੈਂਸਾ ਪਰਕੇ ਸੀ ਆ ਮਿਲਿਓਰੇ ਸੈਂਸਿਬਿਲਿਟਾ ਕਹਿੰਦਾ ਜਦੋਂ ਵੀ ਸਮਾਨ ਨੂੰ ਲੋਡ ਕਰਨੇ ਪਿਆ ਅਨਲੋਡ ਕਰਨੇ ਪਿਆ ਸਹੀ ਰਹੇਗਾ ਕਿ ਆਪਾਂ ਦਸਤਾਨੇ ਪਾ ਲਈਏ ਇੱਥੇ ਤੱਕ ਸਹੀ ਸੀ ਕਿ ਕਹਿੰਦਾ ਸੋਲੋ ਸਿਰਫ ਤਾਂ ਹੀ ਜੇਕਰ ਠੰਡੇ ਇਨਵਰਨਮੈਂਟੋ ਜੇਕਰ ਠੰਡੇ ਪਰ ਇਹ ਵੀ ਤਾਰੇ ਬਚਨ ਲਈ ਆਪਣੀ ਉਂਗਲਾਂ ਨੂੰ ਸੁੰਨ ਹੋਣ ਤੋਂ ਬਚਾਉਣ ਲਈ ਕਹਿੰਦਾ ਆਪਾਂ ਨੂੰ ਠੰਡਾ ਵਿੱਚ ਦਸਤਾਨੇ ਪਾਉਣੇ ਚਾਹੀਦੇ ਨੇ ਤੇ ਗਰਮੀਆਂ ਵਿੱਚ ਕਹਿੰਦਾ ਲੋੜ ਨਹੀਂ ਹੈਗੀ ਕਿਸੇ ਵੀ ਇਸ ਤਰੀਕੇ ਦੇ ਕੰਮ ਕਰਨ ਨੂੰ ਇਸ ਤਾ ਤੇ ਗਰਮੀਆਂ ਵਿੱਚ ਕੋਈ ਲੋੜ ਨਹੀਂ ਹੈਗੀ ਦਸਤਾਨੇ ਪਾਣ ਦੀ ਕਿਉਂਕਿ ਆਪਣੀ ਜਿਹੜੀ ਸੈਂਸਿਬਿਲਿਟੀ ਆ ਇਦਾਂ ਸਹੀ ਹੋ ਜਾਂਦੀ ਆ ਦਸਤਾਨੇ ਬਿਨਾ ਪਾਏ ਆਪਣੀ ਸੈਂਸਿਬਿਲਿਟੀ ਵਧੀਆਂ ਹੋ ਜਾਂਦੀ ਆ ਸੋ ਫਾਲਸੋ ਆਪਾਂ ਨੂੰ ਦਸਤਾਨੇ ਠੰਡ ਗਰਮੀ ਦੇ ਹਿਸਾਬ ਨਾਲ ਨਹੀਂ ਮਟੀਰੀਅਲ ਦੇ ਹਿਸਾਬ ਨਾਲ ਪਾਣੇ ਆ ਪਰ ਕਾਰੀ ਕਾਰੇ ਉਸ ਕਾਰੀ ਕਾਰੇ ਲੈ ਨਾ ਮੇ ਇਨ ਤਰੋਂਕੀ ਦੀ ਲੁੰਗੈਟਸਾ ਸੁਪਰੀਓਰੇ ਆ 7 ਮੀਟਰੀ ਓਕੋਰੇ ਲਾ ਪ੍ਰੇਜ਼ੈਂਸਾ ਅ ਤੇਰਾ ਦੀ ਊਨਾ ਗੁਆਰਡਿਆ ਫੋਰੇਸਟਾਲੇ ਕਹਿੰਦਾ ਜਦੋਂ ਲੋਡ ਜਾਂ ਅਨਲੋਡ ਕਰਨੇ ਪਏ ਆ ਲੱਕੜ ਦਾ ਕੋਈ ਸਮਾਨ ਲੱਕੜਾਂ ਨੂੰ ਅਨਲੋਡ ਜਾਂ ਲੋਡ ਕਰਨੇ ਪਏ ਜਿਹੜਾ ਜਿਨ੍ਹਾਂ ਦੀ ਲੰਬਾਈ 7 ਮੀਟਰ ਤੋਂ ਜ਼ਿਆਦਾ ਹੈ ਕਹਿੰਦਾ ਹੋਣਾ ਚਾਹੀਦਾ ਉੱਥੇ ਉਕੋਰੇ ਲਾ ਪ੍ਰੈਜ਼ੈਂਸਾ ਵੀ ਉੱਥੇ ਹੋਣਾ ਚਾਹੀਦਾ ਮੌਜੂਦਗੀ ਹੋਣੀ ਚਾਹੀਦੀ ਆ ਉਹਨਾਂ ਗਵਾਰਦੀਆ ਫੋਰੈਸਟਾਲੇ ਮਤਲਬ ਕਿ ਵਨ ਵਿਭਾਗ ਵਾਲੇ ਉੱਥੇ ਹੋਣੇ ਚਾਹੀਦੇ ਨੇ ਸੋ ਫਾਲਸ ਹੋ ਐਸਾ ਕੁਝ ਵੀ ਜ਼ਰੂਰੀ ਨਹੀਂ ਹੈਗਾ ਐਵੀਏਤਾ ਤੋ ਚਿਰਕੋਲਾਰੇ ਇਨ ਆਟੋਸਟਰਾਦਾ ਕੋਨ ਆਟੋ ਵਹੀਕਲੀ ਮੁਨੀਤੀ ਦੀ ਗਰੂ ਪਰ ਇਲ ਕਾਰੀ ਕੋ ਇਸ ਕਾਰੀ ਕੋ ਦੱਲੇ ਮੇਰਚੀ ਕਹਿੰਦਾ ਐਸੀ ਗੱਡੀਆਂ ਨੂੰ ਬਣਾਹੀ ਆਟੋਸਟਰਾਦਾ ਸਫਰ ਕਰਨ ਦੀ ਜਿਹੜੀ ਗੱਡੀਆਂ ਵਿੱਚ ਗਰੂ ਲੱਗੀ ਆ ਸਮਾਨ ਨੂੰ ਲੋਡ ਤੇ ਅਨਲੋਡ ਕਰਨ ਲਈ ਸੋ ਫਾਲਸ ਹੋ ਐਸਾ ਕੁਝ ਵੀ ਨਹੀਂ ਹੈਗਾ ਸੋ ਜੀ ਹੁਣ ਇੱਥੇ ਦੇਖੋ 179 ਪੇਜ ਤੇ ਸੀ ਆਪਾਂ ਤੇ ਹੁਣ ਆਪਾਂ ਕਿੱਥੇ ਪਹੁੰਚ ਗਏ ਆ 192 ਤੇ ਮਤਲਬ ਕਿ ਆਪਣੇ ਅੱਦੇ ਪੇਜ ਇੱਥੇ ਗਾਇਬ ਨੇ ਫਿਰ ਤੋਂ ਸੋ ਵੱਧਿਆ ਅਸੀਂ ਪੇਜ ਤੇ ਕੀ ਕਹਿੰਦਾ ਕਲਾਸੀਫਿਕਾਜ਼ਿਓਨ ਇੰਟਰਨੈਸ਼ਨਾਲੇ ਦੇ ਵੇਹਿਕੋਲੀ ਪਰ ਟ੍ਰਾਂਸਪੋਰਟੋ ਮਰਜੀ ਹੁਣ ਇੱਥੇ ਆਪਾਂ ਉਹ ਸਮਝਾਂਗੇ ਐਨਏ 2A ਐਨਏ 3 ਐਨਏ ਐਮਏ ਜਿਹੜਾ ਵੀ ਸੀ ਆਪਣਾ ਉਹ ਆਪਾਂ ਇੱਥੇ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਸਬਤ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕਿਆ ਸੀ ਪਰ ਇੱਥੇ ਥੋੜਾ ਡਿਟੇਲ ਵਿੱਚ ਜਾਵਾਂਗੇ ਸੋ ਵੱਧਿਆ ਪਹਿਲੇ ਸਵਾਲ ਤੇ la categoria internazionale N1 comprende i veicoli a motore destinati al trasporto di merci con massa massima non superiore a 3.5 tonnellate. Kenda N1 category international hundi hai eh. Oh assi gaddiyan hundiyan ne jo transport kar sakdiyan ne samaan nu jinna da vajan zyada nahi hunda 3.5 ton ton. Theek hai so ave ro. Eh dhyan rakhiyo kehde kehde hunde ne inna di category nu. So inne dove di gal karda ve same sawal aa main on thoda zyada detail vich nahi jaawanga. Inne dove wali category vaaji dasda paya kenda ohde vich ਮਾਸਾ ਮਾਸੀਮਾ ਹੁੰਦਾ ਹੈ 3.5 ਟਨ ਤੋਂ ਤੇ 12 ਟਨ ਤੋਂ ਜ਼ਿਆਦਾ ਨਹੀਂ ਹੁੰਦਾ 12 ਟਨ ਤੋਂ ਜ਼ਿਆਦਾ ਨਹੀਂ ਪਰ 3.5 ਟਨ ਤੋਂ ਜ਼ਿਆਦਾ ਹੋ ਸਕਦਾ ਠੀਕ ਹੈ ਇੱਥੇ ਆਪਾਂ 3.5 ਟਨ ਤੋਂ ਜ਼ਿਆਦਾ ਨਹੀਂ ਸੀ ਇੱਥੇ ਆਪਾਂ 3.5 ਟਨ ਤੋਂ ਜ਼ਿਆਦਾ ਹੋ ਗਏ ਆ ਪਰ 12 ਟਨ ਤੱਕ ਦੀ ਲਿਮਟ ਲੱਗ ਗਈ ਆ ਸੋ ਵੇਰੋ ਹੁਣ ਐਨ ਇਤਰਾ ਦੀ ਗੱਲ ਕਰਦੇ ਆ ਇੱਥੇ ਕਹਿੰਦਾ ਪਿਆ ਵੀ ਸੇਮ ਹੋਏ ਟਰਾਂਸਪੋਰਟ ਕਰਦਾ ਪਿਆ ਸਮਾਨ ਨੂੰ ਜਿਨ੍ਹਾਂ ਦਾ ਵਜ਼ਨ 12 ਟਨ ਤੋਂ ਜ਼ਿਆਦਾ ਹੈ ਜਿਹੜੀ ਐਂਡ ਲਾਸਟ ਲਿਮਟ ਸੀ ਜਿਹੜੀ ਆਪਣੀ ਠੀਕ ਹੈ ਸੋ ਇੱਥੇ ਆਪਾਂ 12 ਟਨ ਤੋਂ ਉੱਤੇ ਵੀ ਜਾ ਸਕਦੇ ਆ ਸੋ ਅਗਲਾ ਸਵਾਲ ਉਹਦੇ ਵਿੱਚ ਐਨ ਆ ਗਿਆ ਕੋਈ ਵੀ ਸੋ ਕਹਿੰਦਾ ਪਿਆ ਕਿਸੇ ਵੀ ਸਮਾਨ ਨੂੰ ਟ੍ਰਾਂਸਪੋਰਟ ਕਰਦਾ ਹੈ ਟ੍ਰਾਂਸਪੋਰਟੋ ਦੀ ਕੋਜ਼ੇ ਸਮਾਨ ਨੂੰ ਟ੍ਰਾਂਸਪੋਰਟ ਕਰਦਾ ਅਵੈਂਤੀ ਅਲਮੇਨੋ 4 ਰੂਤੇ ਭੋਦੇ ਘਟੋ ਘਟ 4 ਟਾਇਰ ਹੋਣੇ ਚਾਹੀਦੇ ਨੇ ਕੋਈ ਵੀ ਗੱਡੀ ਜਿਹਦੇ 4 ਟਾਇਰ ਹੋਣ ਤੇ ਟ੍ਰਾਂਸਪੋਰਟ ਕਰਦੀ ਆ ਸਮਾਨ ਨੂੰ ਠੀਕ ਹੈ ਸੋ ਐਨ ਇਹਨੂੰ ਕਹਿੰਦੇ ਆ ਅਗਲਾ ਐਨ ਦੀ ਗੱਲ ਕਰਦਾ ਵਾ ਫਿਰ ਤੋਂ ਵੇਈਕੋਲੀਆ ਮੋਟੋਰੇ ਮੋਟਰ ਗੱਡੀਆਂ ਹੁੰਦੀਆਂ ਨੇ ਜਿਹੜੀ ਟ੍ਰਾਂਸਪੋਰਟ ਕਰਦੀਆਂ ਨੇ ਕੋਜ਼ੇ ਨੂੰ ਠੀਕ ਹੈ ਹੁਣ ਇੱਥੇ ਐ ਵਲੀ ਲਾਈਨ ਨਹੀਂ ਹੈਗੀ ਅਵੈਂਤੀ ਅਲਮੇਨੋ 4 ਰੂਤੇ ਠੀਕ ਹੈ ਸੋ ਕੋਈ ਵੀ ਸਮਾਨ ਟ੍ਰਾਂਸਪੋਰਟ ਕਰਨ ਵਾਲੀ ਗੱਡੀ ਐਨ ਕੈਟ ਠੀਕ ਹੈ ਜੀ ਸੋ ਇਹ ਵਿਰੋ ਹੋ ਗਿਆ ਵੱਧਦੇ ਆ ਅਗਲੇ ਸਵਾਲ ਤੇ ਜਿਹੜੇ ਫਾਲਸ ਉਹਨਾਂ ਨੂੰ ਦੇਖ ਲੈਣਾ ਕੀ ਕਹਿੰਦੇ ਨੇ ਐਨੇ ਉਨੋ ਦੀ ਗੱਲ ਕਰਦਾ ਪਿਆ ਉੱਥੇ ਮਾਸਾ ਕਿੰਨਾ ਕਹਤਾ ਇਹਨੇ ਨੋਨ ਸੁਪਰੀਓਰਾ 5 ਟਨਲਾਟੇ 5 ਟਨ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਸੋ ਫਾਲਸ ਹੋ ਜਾਂਦਾ ਐਨੇ ਉਨੋ ਕਿੰਨਾ ਹੈ ਆਪਣਾ ਉੱਤੇ ਦੇਖਦੇ ਆ ਸਾਢੇ 3 ਟਨ ਤਾਂ ਕਿ 5 ਟਨ ਤੋਂ ਵਸ ਕਰਕੇ ਫਾਲਸੋ ਅਗਲਾ ਇਹਨੇ ਦੂਵੇ ਦੀ ਗੱਲ ਕਰਦਾ ਪਿਆ ਟ੍ਰਾਂਸਪੋਰਟੋ ਦੀ ਕੋਜ਼ੇ ਜਿੰਨਾ ਵਜ਼ਨ ਜ਼ਿਆਦਾ ਹੁੰਦਾ 10 ਟਨ ਤੋਂ ਮੰਨ ਲਓ ਸੁਪਰੀਓਰੇ 20 ਟਨਲਾਟੇ ਜਦਕਿ ਫਾਲਸੋ ਹੋ ਜਾਂਦਾ ਇੱਥੇ ਸਾਢੇ 3 ਟਨ ਨੇ ਤੇ ਇੱਥੇ ਕਿੰਨਾ 12 ਟਨ ਠੀਕ ਹੈ ਜੀ ਸੋ ਐ ਫਾਲਸੋ ਹੋ ਜਾਂਦਾ ਇੱਥੇ ਵੀ ਸੋ ਐਨੇ ਤਰ੍ਹਾਂ ਦੀ ਗੱਲ ਕਰਦੇ ਆ ਇੱਥੇ ਉਹਨੇ ਕਹਿੰਦਾ ਨੋਨ ਸੁਪਰੀਓਰ ਆ 10 ਚੀ ਤੋਂ ਲਾਤੇ ਸੋ 10 ਨਹੀਂ ਹੈਗਾ 2 ਦੀ ਚੀ ਆ ਤੇ ਇੱਥੇ ਨੇ ਲਿਖਤਾ ਨੋਨ ਸੁਪਰੀਓਰ ਹੈ ਜਦ ਕਿ ਉਹ ਸੁਪਰੀਓਰ ਹੈ ਉਹ 12 ਤੋਂ ਜ਼ਿਆਦਾ ਹੋ ਸਕਦਾ ਐਨੇ ਤਰ੍ਹਾਂ ਵਿੱਚ ਐਨੇ ਪੀ ਕੋਂਪ੍ਰੇਂਦੇ ਵਾਹਿਕੁਲੀ ਡੈਸਟੀਨਾਤੀ ਅਲ ਟਰਾਂਸਪੋਰਟੋ ਦੀ ਕੋਸੇ ਇਨ ਕੋਂਟੋ ਪ੍ਰੋਪਰੀਓ ਸੋ ਐ ਫਾਲਸੋ ਹੋ ਜਾਂਦਾ ਕਿਉਂਕਿ ਐਨ ਪੀ ਨਾਮ ਦੀ ਕੈਟਾਗਰੀ ਨਹੀਂ ਹੁੰਦੀ ਠੀਕ ਹੈ ਐਨੇ ਐਨ ਯੂ ਨੋ ਐਨੇ 2 ਐਨੇ 3 ਹੋ ਸਕਦੀ ਪਰ ਐਨੇ ਪੀ ਨਹੀਂ ਹੈਗੀ ਸੋ ਐ ਫਾਲਸੋ ਹੁੰਦਾ ਅੱਗੇ ਕਹਿੰਦਾ ਐਨੇ ਕੋਂ ਕਹਿੰਦਾ ਕੈਟਾਗਰੀ ਵਿੱਚ ਐਨ ਦੇ ਵਿੱਚ ਰਿਮੋਰਖੇ ਦੇ ਸੈਮੀ ਰਿਮੋਰਖੇ ਆਉਂਦੀਆਂ ਨੇ ਫਾਲਸ ਗੱਡੀ ਆਉਂਦੀ ਹੈ ਜਿਹਦੇ ਵਿੱਚ ਐਨ 30 ਦੀ ਕਹਿੰਦਾ ਪਿਆ ਵੇਕੁਲੀ ਦਸਤੀਨਾਤੀ আল ਟ੍ਰਾਂਸਪੋਰਟੋ ਦੀ ਕੋਸੀ ਕੋਨਟੋ ਤਰਸੀ ਕਹਿੰਦਾ ਤੀਸਰੇ ਬੰਦੇ ਦਾ ਸਮਾਨ ਲੈ ਕੇ ਜਾਂਦਾ ਉਹ ਗੱਡੀ ਹੋਏਗੀ ਉੱਤੇ ਕਿਸੇ ਕੋਨ ਤੋਂ ਪ੍ਰੋਫਰੀ ਹੇਠੇ ਆ ਗਿਆ ਕੋਨ ਤੋਂ ਤਰਸੀ ਸੋ ਸਹੀ ਹੈ ਪਰ ਦੋਨੋਂ ਫਾਲਸ ਨੇ ਐਸਾ ਕੁਝ ਵੀ ਨਹੀਂ ਹੈ ਪੋਰਗੋਨੋ ਸੋ ਜੀ 193 ਨੰਬਰ ਪੇਜ ਕਲਾਸੀਫਿਕਾਜ਼ਿਓਨੇ ਇੰਟਰਨੈਸ਼ਨਾਲੇ ਦੇ ਰਿਮੋਰਖੀ ਰਿਮੋਰਖੀ ਦਾ ਇੰਟਰਨੈਸ਼ਨਲ ਆਪਣੀ ਕਲਾਸੀਫਿਕੇਸ਼ਨ ਕੀ ਆ ਉਹਦੇ ਬਾਰੇ ਵੇਖਦੇ ਆਂ ਸੋ ਇੱਥੇ ਵੀ ਸੇਮ ਹੀ ਆ ਸਾਰਾ ਬਸ ਆਪਾਂ ਨੂੰ ਯਾਦ ਰੱਖਣਾ ਪੈਣਾ ਵੀ ਕਿਹੜੀ ਕੈਟਾਗਰੀ ਵਿੱਚ ਕਿਹੜੀ ਗੱਡੀ ਆਂਦੀ ਕਿਹੜੀ ਰਿਮੋਰਕਿਓ ਆਂਦੀ ਆ। La categoria internazionale O1 comprende i rimorchi di massa massima non superiore a 0.75 tonnellate. ਸੋ O ਇੱਕ ਕੈਟਾਗਰੀ ਦੀ ਗੱਲ ਕਰਦਾ ਪਿਆ ਉਹਦੇ ਵਿੱਚ ਕਹਿੰਦਾ ਜਿਹੜੀ ਗੱਡੀਆਂ ਦਾ ਵਜ਼ਨ ਜਿਹੜੇ ਰਿਮੋਰਖਿਆਂ ਦਾ ਸੋਰੀ ਰਿਮੋਰਕੀ ਦੀ ਗੱਲ ਹੋਣੀ ਹੈ ਧਿਆਨ ਰੱਖਿਓ ਰਿਮੋਰਕੀ ਦਾ ਵਜ਼ਨ 0.75 ਟਨ ਤੋਂ ਜ਼ਿਆਦਾ ਨਹੀਂ ਹੈਗਾ ਉਹ O1 ਕੈਟਾਗਰੀ ਵਿੱਚ ਆਂਦੀਆਂ ਨੇ। ਉਹ ਦੂਵੇ ਦੀ ਗੱਲ ਕਰਦੇ ਆ ਉਹਦੇ ਵਿੱਚ ਕਹਿੰਦਾ ਪਿਆ ਜ਼ਿਆਦਾ ਹੋਏਗਾ ਇਹਦੇ ਵਿੱਚ ਕਿੰਨਾ ਸੀ ਨੋਨ ਸੁਪਰੀਓਰ ਹੈ ਜ਼ਿਆਦਾ ਨਹੀਂ ਹੋਏਗਾ ਇਹਦੇ ਵਿੱਚ ਕਹਿੰਦਾ ਪਿਆ ਇਹਦੇ ਵਿੱਚ ਕਹਿੰਦਾ ਪਿਆ ਵੀ ਜ਼ਿਆਦਾ ਹੋਏਗਾ ਠੀਕ ਹੈ ਮਨ ਨੋਨ 올3 3.50 ਨੇ ਲਾਤੇ ਤੇ ਸਾਢੇ 3 ਟਨ ਤੋਂ ਜ਼ਿਆਦਾ ਨਹੀਂ ਹੋਏਗਾ ਜ਼ਿਆਦਾ ਹੋਏਗਾ 0.75 ਤੋਂ ਪਰ ਸਾਢੇ 3 ਟਨ ਤੱਕ ਹੋਏਗਾ ਸੋ ਐ ਬੇਰੋ ਅਗਲਾ ਕਹਿੰਦਾ ਉਤਰਾ ਹੈ ਉਤਰਾ ਇਹ ਕਹਿੰਦਾ ਉਹਦੇ ਸਾਢੇ 3 ਟਨ ਤੋਂ ਜ਼ਿਆਦਾ ਹੋਏਗਾ ਪਰ ਨੋਨ 올3 ਦੀ ਅਚੀ ਤੋਂ ਨੇ ਲਾਤੇ ਪਰ 10 ਟਨ ਤੋਂ ਜ਼ਿਆਦਾ ਨਹੀਂ ਹੋਏਗਾ ਠੀਕ ਹੈ ਰਿਮੋਰਕ ਦੀ ਗੱਲ ਹੋਣੀ ਹੈ ਗੱਲ ਧਿਆਨ ਰੱਖਿਓ ਸੋ ਐਵੇਰੋ O4 ਕੋਂਪ੍ਰੈਂਦੇ ਇ ਰਿਮੋਰਕੀ ਮਾਸਾ ਮਾਸੀਬਾ ਸੁਪੇਰੀਓਰੇ ਯਾ ਦੇਜੀਤੋਨ ਲਾਤੇ ਵੀ ਜਿੰਦਾ ਮੈਕਸਿਮਮ ਵਜਨ 10 ਟਨ ਤੋਂ ਵੀ ਜ਼ਿਆਦਾ ਹੋ ਸਕਦਾ ਠੀਕ ਹੈ ਇਥੇ ਲਿਮਟ ਨਹੀਂ ਹੈਗੀ ਇਥੇ 10 ਟਨ ਤੋਂ ਵੀ ਜ਼ਿਆਦਾ ਲੈ ਕੇ ਜਾ ਸਕਦੇ ਸੋ ਐਵੇਰੋ O ਕੋਂਪ੍ਰੈਂਦੇ ਰਿਮੋਰਕੀ ਐ ਸੇਮਿ ਰਿਮੋਰਕੀ ਉਹ ਦੇ ਵਿੱਚ ਕਹਿੰਦਾ ਰਿਮੋਰਕੀ ਤੇ ਸੇਮਿ ਰਿਮੋਰਕੀ ਦੋਨੋਂ ਆਂਦੀਆਂ ਨੇ ਸੋ ਐਵੇਰੋ O1 ਕੋਂਪ੍ਰੈਂਦੇ ਇ ਕਰੇਲੀ ਅਪੈਂਡਿਜੀ ਕਹਿੰਦਾ O1 ਵਿੱਚ ਕਰੇਲੀ ਅਪੈਂਡਿਜੀ ਆਂਦਾ ਸੋ ਫਾਲਸੋ ਐਸਾ ਨਹੀਂ ਹੈਗਾ ਇੰਦੇ ਚ ਰਿਮੋਰਕੀ ਹੀ ਆਂਦੀ ਆ ਉਦੋਂ ਵਾ ਕੋਂਪ੍ਰੈਂਦੇ ਇਰੀਮੋਰ ਕੀ ਦੀ ਮਾਸਾ ਸੁਪਰੀਓਰੇ ਐ 2 ਟੋਨੈਲਾਤੇ ਸੋ 2 ਟੋਨੈਲਾਤੇ ਨਹੀਂ ਹੈਗਾ ਇੱਥੇ ਕਿੰਨਾ ਹੈ 0.75 ਤੋਂ ਜ਼ਿਆਦਾ ਤੇ 3.5 ਟਨ ਤੱਕ ਠੀਕ ਹੈ ਜੀ ਸੋ ਇਹ ਵੀ ਫਾਲਸੋਂ ਅਗਲਾ ਕਹਿੰਦਾ ਉਹ ਤਰ੍ਹਾਂ ਦੀ ਗੱਲ ਕਰਦਾ ਪਿਆ ਕੋਈ ਰਿਮੋਰਕੀ ਦੀ ਮਾਸਾ ਸੁਪਰੀਓਰੇ ਐ 10 ਟੋਨੈਲਾਤੇ ਕੇ ਸੋਨੋ ਦੋਟਾਤੀ ਦੀ ਫਰੇਨਾ ਤੂਰਾ ਕੰਟੀਨੂਆ ਐ ਸੋਸਪੈਂਸਿਓਨੀ ਪਨੇਮਾਟਿਕੇ ਸੋ ਇੱਥੇ ਥੋੜਾ ਜਿਆਦਾ ਡੀਟੇਲਸੇ ਤੁਰ ਗਿਆ ਜਦ ਕਿ ਐਸੀ ਕੋਈ ਲੋਡ ਨਹੀਂ ਹੈਗੀ ਇਹਦੇ ਵਿੱਚ ਕਹਿੰਦਾ ਪਿਆ ਵੀ ਉਹ ਤਰ ਜਿਹਦਾ ਵਜ਼ਨ 10 ਟਨ ਤੋਂ ਜ਼ਿਆਦਾ ਹੁੰਦਾ ਕਿ ਸੋਨੋ ਦੋਤਾਤੀ ਜਿਨ੍ਹਾਂ ਵਿੱਚ ਲੱਗਾ ਹੁੰਦਾ ਫਰੇਨਾ ਤੁਰਾ ਕੰਟੀਨਿਊ ਜਿਨ੍ਹਾਂ ਵਿੱਚ ਕੰਟੀਨਿਊ ਬ੍ਰੇਕ ਲੱਗੀ ਹੁੰਦੀ ਹੈ ਤੇ ਜਿਹਦੇ ਵਿੱਚ 에ਅਰ ਸਸਪੈਂਸ਼ਨ ਲੱਗੇ ਹੁੰਦੇ ਨੇ ਠੀਕ ਹੈ ਜੀ ਸੋ ਇਹ ਵੀ ਫਾਲਸ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਸਿਰਫ ਵਜ਼ਨ ਦੀ ਗੱਲ ਹੁੰਦੀ ਹੈ ਨਾ ਕਿ ਕਿਸੇ ਹੋਰ ਗੱਲ ਦੀ ਉਸ ਤੋਂ ਬਾਅਦ ਵਜ਼ਨ ਦੀ ਗੱਲ ਕਰਦਾ ਹੋਇਆ ਵੀ 10 ਟਨ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਇੱਥੇ ਕਿੰਨਾ ਕਹਿੰਦਾ ਪਿਆ ਵੀ 10 ਟਨ ਤੋਂ ਜ਼ਿਆਦਾ ਹੋ ਸਕਦਾ ਇੱਥੇ ਕਹਿੰਦਾ 10 ਟਨ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਧਿਆਨ ਰੱਖਿਓ ਇਸ ਗੱਲ ਦਾ ਸੋ ਆਲਸੋ ਉਹ 4 ਦੀ ਗੱਲ ਕਰਦਾ ਪੈਗੇ ਜਾ ਕੇ ਕਹਿੰਦਾ ਰਿਮੋਰਖੀ ਐ ਕਹਿੰਦਾ ਇੱਕ ਐਸੀ ਰਿਮੋਰਕੀ ਜਾਂ ਐਸੀ ਰਿਮੋਰਕੀ ਹੁੰਦੀਆਂ ਨੇ ਕਿ ਪੋ ਐਸਰੇ ਉਤਲੀ ਜ਼ਾਤੀ ਨਲਾ ਮਾਰਚਾ ਫੋਰੀ estrada ਮਤਲਬ ਕਿ ਐਸੀ ਗੱਡੀਆਂ ਜਿਹੜੀਆਂ ਆਫ ਰੋਡ ਵੀ ਕੰਮ ਕਰਦੀਆਂ ਨੇ ਠੀਕ ਹੈ ਜੀ ਸੋ ਫਾਲਸੋ ਐਸਾ ਨਹੀਂ ਹੁੰਦਾ ਉਹਦੇ ਲਈ ਆਪਾਂ ਅੱਗੇ ਜਾ ਕੇ ਪੜਾਂਗੇ ਹੁਣ ਅਗਲੇ ਪੇਜ ਤੇ ਇੱਥੇ ਸਿਰਫ ਵਜ਼ਨ ਦੀ ਇੰਡੀਕੇਟ ਕਰਤਾ ਠੀਕ ਹੈ ਉਹ ਕੁਆਟਰੋ ਜਿੰਨੇ ਵੀ ਹੁਣ ਗਿਆ ਸਾਰੇ ਵਜ਼ਨ ਇੰਡੀਕੇਟ ਕਰਨਗੇ ਨਾ ਕਿ ਕੋਈ ਐਸੀ ਵੀ ਜੋ ਵੀ ਆਪਣੇ ਵੱਲੋਂ ਛੱਡੀ ਜਾਂਦਾ ਸੀ ਕਿਸੇ ਗੱਲ ਨੂੰ ਇੰਡੀਕੇਟ ਨਹੀਂ ਕਰਤਾ ਉਹ comprende tutti i veicoli di importazione extra UE ਕਹਿੰਦਾ ਉਹ ਵਿੱਚ ਉਹ ਸਾਰੀ ਗੱਡੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਬਾਹਰੋਂ ਯੂਏ ਤੋਂ ਯੂਰੋਪੀਅਨ ਜੂਨੀਅਨ ਤੋਂ ਬਾਹਰੋ ਯੂਰੋਪੀਅਨ ਜੂਨੀਅਨ ਤੋਂ ਵੀ ਬਾਹਰ ਤੋਂ ਮੰਗਾਈਆਂ ਜਾਂਦੀਆਂ ਨੇ ਉੱਥੋਂ ਦੀ ਇੰਪੋਰਟ ਕੀਤੀਆਂ ਜਾਂਦੀਆਂ ਠੀਕ ਹੈ ਸੋ ਫਾਲਸ ਹੋ ਐਸਾ ਕੁਝ ਨਹੀਂ ਹੈਗਾ O Cinque comprendere rimorchi semirimorchi con agganciamento automatico falso O Cinque ਨਹੀਂ ਹੁੰਦਾ ਸੋ ਜੇ 193 ਕੰਪਲੀਟ ਆਪਣਾ 194 ਨੰਬਰ ਪੇਜ ਤੇ ਅੱਜ ਤੋਂ ਬਾਅਦ ਆਪਣਾ ਜਿਹੜਾ ਨਵਾਂ ਚੈਪਟਰ ਵੀ ਕੰਪਲੀਟ ਹੋ ਜਾਏਗਾ ਤੇ ਕੱਲੋਂ ਆਪਾਂ ਸ਼ੁਰੂ ਕਰਾਂਗੇ ਆਪਣਾ 10ਵਾਂ ਚੈਪਟਰ ਦੋ ਸਵਾਲ ਨੇ ਛੇ ਛੇਤੀ ਪੜ੍ਹ ਲੈਨੇ ਕਲਾਸੀਫਿਕਾਸ਼ਨ ਇੰਟਰਨੈਸ਼ਨਾਲੇ ਡਾਈ ਵੇਈਕੋਲੀ ਕਲਾਸੀਫਿਕੇਸ਼ਨ ਇੰਟਰਨੈਸ਼ਨਲ ਗੱਡੀਆਂ ਦੀ Nella classificazione internazionale dei veicoli il simbolo G associato a quello della categoria internazionale di appartenenza M o N identifica i veicoli fuori strada. Swesval te kenda pe nella classificazione internazionale international classification vich gaddiyan jinna vich symbol G lagga hunda asochato na lagga hunda international gaddiyan na jinna vich M te N hunda. ਇਡੈਂਟੀਫਾਈ ਕਾ ਇ ਵੇ ਕੋਲੀ ਫੋਰਿਸਟਰਾ ਦਾ ਇੱਕ ਐਸੀ ਗੱਡੀਆਂ ਜਿਹੜੀ ਫੋਰਿਸਟਰਾ ਹੁੰਦੀਆਂ ਨੇ ਫੋਰਿਸਟਰਾ ਦਾ ਮਤਲਬ ਜਿਹੜੀ ਆਫ ਰੋਡ ਆਪਣਾ ਕੰਮ ਕਰਦੀਆਂ ਨੇ ਜਿਵੇਂ ਆਪਾਂ ਹੁਣੇ ਪਿੱਛੇ ਪਿਛਲੇ ਸਵਾਲ ਚ ਪੜ ਕੇ ਆਏ ਹਾਂ ਸੋ ਹੁਣ ਜੀ ਇਹਨਾਂ ਨਾਲ ਕਿੱਦਾਂ ਜੁੜੇਗਾ ਹੁਣ ਹਿਸਾਬ ਲਾ ਲਈ ਆਪਾਂ ਐਨ ਤੋਂ ਗੱਲ ਕਰਦੇ ਹਾਂ ਜੇਕਰ ਕੋਈ ਐਨ ਟਾਈਪ ਦੀ ਗੱਡੀ ਆ ਐਨ ਏ ਉਨੋ ਆ ਤੇ ਐਸਾ ਨਾਲ ਬਣੇਗੀ ਐਨ ਏ ਉਨੋ ਜੀ ਜਿਹੜੀ ਆਫ ਰੋਡ ਵਰਤੀ ਜਾਂਦੀ ਗੱਡੀ ਐਨ ਏ ਉਨੋ ਜੀ NA2G NA3G ਠੀਕ ਹੈ ਇਸ ਤਰੀਕੇ ਨਾਲ ਕੋਡ ਬਣ ਜੇਗਾ ਸੋ ਇਹਨਾਂ ਨੂੰ ਹਮੇਸ਼ਾ ਵਰਤਿਆ ਜਾਂਦਾ 4 ਇਸ ਤਰ੍ਹਾਂ ਦਾ ਲਈ ਇਹ ਗੱਲ ਧਿਆਨ ਰੱਖਿਓ ਜਿਹੜਾ ਇਸ ਇਹ ਕੋਡ ਹੋਏਗਾ ਉਸ ਤੋਂ ਬਾਅਦ ਕੀ ਕਹਿੰਦਾ ਪਿਆ ਸੇਮ ਸਵਾਲ ਵਾਸਤੇ ਇਹਨੇ ਲਿਖਤਾ ਆਡੈਂਟੀਫਾਈ ਕਿਹਈ ਕੋਲੀ ਅਦੂਜ਼ੋ ਮਿਲਿtare ਵੀ ਮਿਲਟਰੀ ਵਧਰੇ ਨਾਮ ਵਰਤਿਆ ਜਾਂਦਾ ਐਸੀ ਗੱਡੀਆਂ ਤੇ ਲੱਗਾ ਹੁੰਦਾ ਸੋ ਫਾਲਸੋ ਉਹਨਾਂ ਤੇ ਨਹੀਂ ਹੁੰਦਾ ਸਿਰਫ 4 ਇਸ ਤਰ੍ਹਾਂ ਦਾ ਲਈ ਵਰਤੇ ਜਾਂਦਾ ਆਫ ਰੋਡ ਦੀ ਗੱਡੀਆਂ ਤੇ ਵਰਤੇ ਜਾਂਦਾ ਸੋ 194 ਕੰਪਲੀਟ ਇਹਦੇ ਨਾਲ ਆਪਣਾ ਅੱਜ ਦਾ ਇਹ ਐਪੀਸੋਡ ਵੀ ਖਤਮ ਤਾਂ ਇਹਦੇ ਨਾਲ ਆਪਣਾ ਅੱਜ ਦੀ ਇਹ ਵੀਡੀਓ ਖਤਮ ਤੇ ਆਪਣਾ ਨਵਾਂ ਚੈਪਟਰ ਵੀ ਖਤਮ ਕੱਲ ਸ਼ੁਰੂ ਕਰਾਂਗੇ ਆਪਣਾ 10ਵਾਂ ਚੈਪਟਰ ਤੇ ਵੀਡੀਓ ਦਾ ਐਂਡ ਕਰਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਨੇ ਅਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਦੇਣ ਤੇ ਜਿਨ੍ਹਾਂ ਨੇ ਹਜੇ ਤੱਕ ਵੀ ਵੀਡੀਓਜ਼ ਨੂੰ ਲਾਈਕ ਨਹੀਂ ਕੀਤਾ ਸਾਡੀਆਂ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਜੋ ਸਾਨੂੰ ਹੌਸਲਾ ਮਿਲਦਾ ਰਹੇ ਅਸੀਂ ਇਦਾਂ ਹੀ ਆਪਣੇ ਨਵੇਂ ਤਣਾ ਵੀ ਵੀਡੀਓ ਬਣਾਉਂਦੇ ਰਹੀਏ ਸੋ ਜੀ ਹੁਣ ਗੱਲ ਕਰਦੇ ਆਂ ਆਪਣੀ ਪਿਛਲੀ ਵੀਡੀਓ 'ਚ ਪੁੱਛੇ ਗਿਆ ਸਵਾਲ ਦੀ ਸੋ ਜੀ ਐ ਸੀ ਮੇਰਾ ਪਿਛਲੀ ਵੀਡੀਓ ਪੁੱਛਿਆ ਗਿਆ ਸਵਾਲ 1 ਉਨ ਨੂੰ ਵਰਤੇ ਜਾ ਸਕਦਾ ਸਿਰਫ ਸਲੋ ਆ ਗਿਆ ਸੀ ਸਿਰਫ ਸੋਸਰਾ ਦੀ ਇੰਦੀਸ਼ਾ ਜਿਹੜੀ ਟਹਾਨ ਵਾਲੀ ਸੜਕ ਹੁੰਦੀ ਹੈ ਸਿਰਫ ਉਹਨਾਂ ਤੇ ਵਰਤੇ ਜਾਂਦਾ ਸੋ ਫਾਲਸੋ ਹੁੰਦਾ ਸਿਰਫ ਉੱਥੇ ਨਹੀਂ ਮੋੜਾਂ ਤੇ ਵੀ ਉਹਨਾਂ ਨੂੰ ਵਰਤਿਆ ਜਾ ਸਕਦਾ ਹੋਰ ਵੀ ਐਸੀ ਚੀਜ਼ਾਂ ਹੁੰਦੀਆਂ ਜਿੱਥੇ ਆਪਾਂ ਨੂੰ ਸਪੀਡ ਘਟਾਣ ਦੀ ਲੋੜ ਪੈਂਦੀ ਉੱਥੇ ਨੂੰ ਵਰਤਿਆ ਜਾ ਸਕਦਾ ਸੋ ਐ ਫਾਲਸੋ ਸੀ ਹੁਣ ਗੱਲ ਕਰਦੇ ਆ ਆਪਣੇ ਅੱਜ ਦੀ ਵੀਡੀਓ ਦੇ ਸਵਾਲ ਦੇ ਸੋ ਜੇ ਇਹ ਮਿਰਾਜ ਦਾ ਸਵਾਲ ਇਲਿਮਿਟਾ ਤੋਰੇ ਦੀ ਵਿਲੋਚਿਤਾ ਨੋਨ ਦੇਵੇ ਐਸਰੇ ਮੋਂਟਾਟੋ ਸੁੱਲੀ ਆਟੋਬਸ ਕੇ ਐਫੇਟੂਆਨੋ ਸਰਵਿਜ਼ੀ ਪੁਬਲਿਕੋ ਉਰਬਾਨੋ ਆਪਣਾ ਜਵਾਬ ਮੈਨੂੰ ਕਮੈਂਟ ਸੋ ਜੇ ਜੇਕਰ ਤੁਹਾਨੂੰ ਸਾਡਾ ਕੀਤਾ ਉਪਰਲਾ ਵਧੀਆ ਲੱਗਦਾ ਤੇ ਸਾਨੂੰ ਤੁਸੀਂ ਡੋਨੇਟ ਵੀ ਕਰ ਸਕਦੇ ਹੋ ਸਾਡਾ ਡੋਨੇਸ਼ਨ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਉਸ ਤੇ ਪੇਟੇ ਵੀ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਜਿਨੀ ਤੁਹਾਡੀ ਇੱਛਾ ਹੋਵੇ ਸੋ ਚਲੋ ਚੰਗਾ ਜੀ ਮਿਲਾਂਗੇ ਆਪ ਸਭ ਜੀ ਨੂੰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ